ਅੱਧੇ ਤੋਲੇ ਦੀ ਚੈਨੀ, ਅੱਧੇ ਤੋਲੇ ਚੈਨੀ ਛਾਂਪ ਨਹੀਂ ਬਣਦੀ, ਹੁਣ ਤਾਂ ਅੱਧੇ ਤੋਲੇ ਦੀ ਤੂੰ ਚੈਨੀ ਬਣਾਉਣ ਨੂੰ ਫਿਰਦਾ, ਦੋ ਢਾਈ ਤੋਲੇ ਤਾਂ ਹੋਣੀ ਚਾਹੀਦੀ ਹੈ ਨਾ। ਤੇਰੀ ਭੂਆ ਨੇ ਮੈਨੂੰ ਫੋਨ ਕੀਤਾ ਸੀ ਤਾਂ ਹੀ ਮੈਂ ਤੈਨੂੰ ਕਹੀ ਜਾਂਦਾ, ਉਹ ਵਿਚਾਰੀਆਂ ਐਵੇਂ ਪਿੰਡੋ ਪਿੰਡ ਤੁਰੀਆਂ ਆਉਣਗੀਆਂ ਤੇ ਤੂੰ ਜਾ ਕੇ ਮੇਰੀ ਰੋਟੀ ਲਿਆ ਨਲਿਆ ਸਿੱਟਿਆ ਕੇ। ਨਹੀਂ ਆ ਜਾ ਹੁਣ, ਅਸੀਂ ਪਾਂਜੇ ਮਾਰੀ ਜਾਂਦੀਆਂ, ਦੁਪਹਿਰਾ ਹੋਣ ਵਾਲਾ ਹੋ ਗਿਆ। ਨਹੀਂ ਮਾਂ ਆਉਣੀ, ਹੁਣ ਕੰਮ ਵੀ ਤਾਂ ਨਿਬੇੜਨਾ ਸੀ, ਫਿਰ ਕਹਿ ਲੈਂਦੀ ਓਟੇ ਤੇ ਭਾਂਡੇ ਛੱਡ ਕੇ ਬਾਕੀ ਜੁੱਠੇ। ਕੋਈ ਨਾ ਉਹ ਤਾਂ ਮੈਂ ਕਰ ਲੈਂਦੀ, ਨਾਲੇ ਵਗ ਜਾ ਹੁਣ ਚੈਨੀ ਲੈਣ ਉਹਦੇ ਨਾਲ, ਹੈ ਉਈ ਨਾ ਲਈ ਪਤਲੀ ਜੀ ਚੱਜ ਵੀ ਲੈ ਕੇ ਆਈ, ਨਾਲੇ ਹੁਣ ਚਾਰ ਪੈਸੇ ਵੱਧ ਲੱਗ ਜਾਣਗੇ। ਲੈ ਦੇਖ ਲੈ, ਤੈਨੂੰ ਕਿਹਨੇ ਕਹਿਤਾ ਮੈਂ ਚੈਨੀ ਪਤਲੀ ਲੈ ਕੇ, ਮੈਂ ਤਾਂ ਪਹਿਲੀ ਕਹਿਦੀ ਘੱਟੋ ਘੱਟ ਦੋ ਢਾਈ ਤੋਲਿਆਂ ਦੀ ਚੈਨੀ ਤਾਂ ਜ਼ਰੂਰ ਹੋਊਗੀ, ਨਾਲੇ ਮੈਂ ਤੈਨੂੰ ਕਹੂੰਗੀ ਕਹੂੰਗੀ, ਤੂੰ ਵੀ ਕਹਿ ਦੀ ਵੀ ਭਾਈ ਵਧੀਆ ਦਵਾ ਲਈ। ਮੈਂ ਤਾਂ ਬਸੇਰਾ ਕਹਿ ਦੂੰ, ਮੇਰਾ ਫਿਕਰ ਨਾ ਕਰ ਤੂੰ, ਨਾਲੇ ਗੱਲ ਨਹੀਂ ਮੋੜਦਾ। ਤਾਂ ਹੀ ਕਹਿੰਦੀ ਵੀ ਤੂੰ ਵੀ ਕਹਿ ਦੀ, ਜਿੰਨੇ ਘਰੇ ਪੈਸੇ ਹੁਣ ਮੈਂ ਸਾਰੇ ਲੈ ਜੂੰਗੀ ਚੱਕ ਕੇ, ਚਾਹੇ ਢਾਈ ਤੋਲਿਆਂ ਦੀ ਬਣੇ ਚਾਹੇ ਬਣੇ ਤਿੰਨ ਤੋਲਿਆਂ ਦੀ। ਇੱਕ ਗੱਲ ਹੋਰ ਹੈ, ਮੈਨੂੰ ਐਂ ਕਿਹਾ ਮੈਂ ਹਜੇ ਕੱਲ੍ਹ ਨੂੰ ਚੱਲ ਪੈਸਾ ਨਹੀਂ ਘਰੇ ਲੋੜ ਵੀ ਪੈਗੀ, ਇਹ ਕਹਿੰਦਾ ਵੀ ਘਰੇ ਪੈਸੇ ਨਹੀਂ ਜੇ ਸਾਰੇ ਲੈ ਕੇ ਫਿਰ ਮਾਂ ਲੜੂਗੀ, ਜੇ ਕੱਲ੍ਹ ਨੂੰ ਲੋੜ ਪੈਗੀ ਪੈਸਿਆਂ ਦੀ ਮੈਂ ਕਿਹਾ ਮੇਰੀ ਮਾਂ ਦੇ ਦੂਗੀ। ਕੋਈ ਨਾ ਮੈਂ ਕਹਿ ਦੂੰਗੀ ਵੀ ਮੈਂ ਲਾ ਦੂੰ ਸਾਰਾ। ਹਾਂ ਹਾਮੀ ਭਰਦੀ ਕਿਤੇ ਮੁੱਕਰ ਜੇ, ਮੈਂ ਕਿਹਾ ਜਮਾਂ ਨਹੀਂ ਮੁੱਕਰਦੀ, ਮੈਂ ਆਪੇ ਕਹਿ ਦੂੰਗਾ ਉਹਨੂੰ। ਹਾਂ ਤੂੰ ਕਹਿਦੀ ਵੀ ਕੋਈ ਗੱਲ ਨਹੀਂ ਪੁੱਤ, ਮੇਰੇ ਸਿਰ ਤੇ ਤੂੰ ਫਿਕਰ ਨਾ ਕਰੀ, ਚਾਹੇ 2 ਲੱਖ ਲੈ ਦੀ, ਕੇਰਾ ਮਾੜੀ ਜੀ ਮੋਟੀ ਛਾਲ ਮਾਰੀ ਮਗਰੋਂ ਦੇਖੀਓ ਕੀ ਹੁੰਦਾ ਹੈਗਾ। ਠੀਕ ਹੈ ਲੈ ਆਇਓ, ਅੱਜ ਤੇਰੀ ਸੱਸ ਦਾ ਨਹੀਂ ਪਤਾ, ਅੱਗ ਲੱਗੀ ਵਾਲੀ ਆ ਤਾਂ ਉੱਥੇ ਬਿੰਦ ਨਹੀਂ ਖੜਦੀ, ਮਨ ਕਰੇ ਆ ਖੜੇ ਬਿੰਦ 'ਚ ਭਟਕ ਜਾਂਦੀ ਆ ਉਹ ਤਾਂ ਬੋਰੇ 'ਚ। ਸਹੀ ਗੱਲ ਹੈ, ਇੱਕ ਤੂੰ ਇੱਥੇ ਬੈਠੀ ਆ ਤਾਂ ਕਰਕੇ ਤੈਨੂੰ ਉਈ ਅੱਚ ਵੀ ਲੱਗ ਰਹੀ ਹੋਣੀ, ਉਹ ਤਾਂ ਅਨਸਰਦੇ ਨੂੰ ਗਈ ਹੈ, ਨਹੀਂ ਕਿੱਥੇ ਜਾਂਦੀ ਤੈਨੂੰ ਛੱਡ ਕੇ ਉਹ। ਮਗਰੋਂ ਤਾਂ 100 ਸ਼ੱਕ ਕਰਦੀ ਆ ਆਪਣੇ 'ਤੇ ਵੀ ਖਾਣੀ ਮਾਂ ਮਤੀਆਂ ਕੀ ਗੱਲਾਂ ਕਰਦੀਆਂ ਨੇ ਕੀ ਨਹੀਂ ਕਰਦੀਆਂ। ਚੱਲ ਕਰੀ ਜਾਂਡ, ਜਿਹੜਾ ਕੰਮ ਆਪਾਂ ਨੇ ਕਰਨਾ ਮੈਂ ਉਹ ਤਾਂ ਕਰਨੀ ਕਰਨਾ, ਚਾਹੇ ਸ਼ੱਕ ਕਰੇ ਚਾਹੇ ਨਾ ਕਰੇ। ਚੱਲ ਤੈਨੂੰ ਬਾਜ਼ ਮਾਰ ਮਾੜੀ ਜੀ, ਮਾਰੀ ਮਾਰ ਬੇਕਰਮੇ ਪੁੱਤ, ਆ ਜਾ ਬਾਹਰ। ਇਹ ਵੀ ਕਿਹੜਾ ਸੁਣਦਾ ਚਲਾ ਗਿਆ, ਸੁਣ ਲੂਗਾ। 94, 96, 97, 98, 99, 100 ਲੈ 1,01,500 ਰੁਪਈਆ। ਅੱਛਾ ਹਾਂ, 1,15,000। ਹਾਂ 1,500, ਠੀਕ ਹੈ ਠੀਕ ਹੈ। ਤੇ ਬੀਬੀ ਹੁਣ ਮੈਨੂੰ ਐਂ ਡਰ ਲੱਗਿਆ ਨਾ ਮੇਰੀ ਮਾਂ ਨਾ ਲੜੇ ਮੇਰੇ ਨਾਲ ਆ ਕੇ। ਵੇ ਕੋਈ ਨੀ, ਘਾਟਾ ਵਾਧਾ ਮੈਂ ਪੂਰਾ ਕਰ ਦੂੰ, ਕਿਉਂ ਤੂੰ ਉਹੀ ਗੱਲ ਹੁਣ ਪਿੱਛੇ ਹਟਦਾ ਹਰੇਕ ਕੰਮ ਤੋਂ। ਬੀਬੀ ਇਹਦੇ 'ਚ ਤਾਂ ਨਹੀਂ ਪੈਸੇ ਘੱਟਦੇ, ਊਂ ਗੱਲ ਕਰਦਾ ਵੀ ਜੇ ਘਰੇ ਕੋਈ ਲੋੜ ਪੈ ਗਈ ਫੇਰ ਮੈਂ ਲਾ ਦੂੰ ਸਹਾਰਾ, ਕਿਉਂ ਡਰਦਾ ਹੈ। ਮਾਂ ਮੈਂ ਦੇ ਦੂੰ, ਇਸੇ ਮੇਰੀ ਗੱਲ ਮਰਜ਼ੀ ਆ ਲੈ ਲਈ। ਮਾਂ ਮੇਰੀ ਗੱਲ ਸੁਣ, ਘੱਟੋ ਘੱਟ 1,50,000 ਤਾਂ ਚਾਹੀਦਾ ਹੈਗਾ, ਇੰਨਿਆਂ ਨਾਲ ਕੀ ਹੋਊਗਾ ਜੇ ਉੱਥੇ ਜਾ ਕੇ ਸੁਨਿਆਰ ਦੇ ਪੈਸੇ ਘੱਟ ਕੇ ਫੇਰ। ਉੱਥੇ ਫਿਰ ਆੜਤੀ ਤੋਂ ਫੜ ਲਾਂਗੇ ਤਾਂ ਜਿੰਨੇ ਘਰੇ ਪੈਸੇ ਮੈਂ ਸਾਰੇ ਚੱਕ ਲਏ। ਥੋੜੇ ਘਣੇ ਬਾਹਰੋਂ ਫੜ ਲਈ ਆੜਤੀ ਤੋਂ, ਫੜਨੀ ਆੜਤੀ ਤੋਂ ਕਿਤੇ ਜਾ ਕੇ ਫਿਰ ਉਹੀ 20-30 ਹਜ਼ਾਰ ਰੁਪਏ ਪਿੱਛੋਂ ਉਹੀ ਪਤਲੀ ਜੀ ਲਿਆ ਦੇ ਮੈਨੂੰ। ਨਹੀਂ ਕਾਹਨੂੰ, ਹੁਣ ਇਹਨੂੰ ਪਤਾ ਹੀ ਨਹੀਂ ਹੈਗਾ ਤੂੰ ਮੱਤਾਂ ਦੇਈ ਜਾਂਦੀ ਹੈਗੀ, ਆਪੇ ਲੈ ਜੂਗਾ। ਮਾਂ ਮੈਂ ਕਿਹਾ ਕਈ ਵਾਰੀ ਫਿਰ ਇਹ ਜਾ ਕੇ ਉੱਥੇ ਐਂ ਨਾ ਕਹਦੇ ਵੀ ਤੈਂ ਮੈਨੂੰ ਪਹਿਲਾਂ ਨਹੀਂ ਕਿਹਾ, ਤਾਂ ਕਰਕੇ ਕਹਿੰਦੀ ਹਾਂ। ਆਪਾਂ ਦੁਕਾਨ ਤੇ ਜਾਵਾਂਗੇ, ਦੇਖਾਂਗੇ, ਉਹਨੂੰ ਪੁੱਛਾਂਗੇ ਭਾਈ ਕਿੰਨੇ ਪੈਸੇ ਆ, ਆਹ ਦੇ ਕੇ ਜਿੰਨੇ ਬਚਦੇ ਹੋਏ ਫਿਰ ਆਪਾਂ ਆੜਤੀ ਤੋਂ ਫੜ ਲਾਂਗੇ। ਹਾਂ ਆੜਤੀ ਤੋਂ ਲੈ ਕੇ ਉਹਦੀ ਫੜਾ ਦੀ। ਹੋਰ ਤੂੰ ਐਵੇਂ ਕਦੋਂ ਡਰਦੀ ਹੁੰਨੀ ਐ? ਡਰਦੀ ਨਹੀਂ, ਸਾਨੂੰ ਪਤੀ ਐ ਫਿਰ ਬੇਇੱਜ਼ਤੀ ਵਾਲਾ ਕੰਮ ਹੋ ਜਾ, ਨਾ ਤਾਂ ਦੇਖ ਦੁਕਾਨ ਚਗਲੇ ਦੇ ਬੈਠਣ ਜੋਗੇ, ਸੁਨਿਆਰੇ ਦੇ ਨਾ ਉੱਠਣ ਜੋਗੇ। ਨਹੀਂ ਐ ਬੇਇੱਜ਼ਤੀ ਕਿਵੇਂ ਕਰਾ ਲੂਗਾ, ਭਲਾ ਇਹ ਬੰਦਾ ਨਹੀਂ ਹੈਗਾ, ਫਿਰ ਵੀ ਜਵਾਨ ਐ ਇਹਦੀ। ਮਾਂ ਤਾਂ ਹੀ ਕਿਹਾ ਵੀ ਆਪਣੀ ਇੱਜ਼ਤ ਬਣੀ ਰਹੂਗੀ, ਅਗਲਾ ਕਹੂਗਾ ਵੀ ਹਾਂ ਹਾਂ ਜੇਬ 'ਚ ਦੇਖ ਲੈ ਕਿੰਨੇ ਪੈਸੇ ਪਾ ਕੇ ਆਏ ਨੇ, ਤਾਂ ਹੀ ਕਹਿੰਦੀ ਆ ਵੀ ਜੇ ਘਟੇ ਵਧੇ ਆੜਤੀਏ ਤੋਂ ਫੜਨੀ ਫਿਰ ਪੈਸੇ। ਹਰਪ੍ਰੀਤ ਕਿਹੋ ਜਿਹੀਆਂ ਗੱਲਾਂ ਕਰਦੀਆਂ, ਪੈਸੇ ਕੀ ਚੀਜ਼ ਐ? ਨਾਲੇ ਪੈਸਿਆਂ ਦਾ ਕੀ ਕਰਨਾ, ਪੈਸਿਆਂ ਦਾ ਕਿ ਚਾਰ ਪਾਉਣਾ, ਤੂੰ ਤਾਂ ਇਹ ਪਾ ਕੇ ਹੰਡਾਊਗੀ, ਨਾਲੇ ਸੋਹਣੀ ਲੱਗਦੀ ਗੱਲ ਚ ਪਾਈ ਹੋਈ। ਹੋਰ ਹੁਣ ਟੌਰ ਤਾਂ ਮੇਰੀ ਹੋ ਬਣੂਗੀ। ਹਾਂ ਟੌਰ ਤੇਰੀ ਹੀ ਬਣੂਗੀ। ਦੇਖ ਕਿ ਹੁਣ ਕਿਵੇਂ ਕਹਿੰਦਾ ਕਿ ਟੌਰ ਮੇਰੀ ਬਣੂਗੀ, ਨਾ ਕੱਲ ਕਿਵੇਂ ਕਰਦਾ ਤੀ, ਇੰਨੇ ਪੈਸੇ ਲੱਗ ਜਾਣਗੇ ਤੇਰੀ ਟੌਰ ਬਣਾਉਣ ਵਾਸਤੇ, ਫਿਰਦੀਆਂ ਮੈਂ ਦੱਸ ਕਿ ਨਾਲ ਲੈ ਕੇ ਮਰੂੰਗੀ ਇਹਨੂੰ। ਤੈਨੂੰ ਗੱਲ ਕਰਨ ਦਾ ਨਹੀਂ ਪਤਾ, ਇਹਦਾ ਬੀਬੀ ਨੇ ਕੱਲ ਮੇਰੇ ਗੱਲ ਖਾਨੇ 'ਚ ਪਾਤੀ, ਕਹਿੰਦੀ ਪੁੱਤ ਐਂ ਹੁੰਦਾ ਹੁੰਦਾ, ਉਹ ਤਾਂ ਕਰਕੇ ਮੈਂ ਤੇਰੇ ਤੇ ਪੈਸੇ ਲਾ ਰਿਹਾ, ਨਹੀਂ ਤਾਂ ਤੂੰ ਰੁਪਈਏ ਇਹਦੀ ਨਹੀਂ ਹੈਗੀ। ਨਾ ਤੂੰ ਕੱਲ ਵਾਲੀ ਗੱਲ ਅੱਜ ਨਾ ਛੇੜ, ਕੱਲ ਹੋਈ ਮੁੱਕੀ, ਅੱਜ ਗੱਡੀ ਲੈਣ ਤੇ ਆਉਂਦੀ ਹੈ ਤਾਂ ਆ ਜਾਂਦੇ। ਚੱਲ ਕੋਈ ਗੱਲ ਨਹੀਂ, ਗੱਡੀ ਤਾਂ ਲੈਣ ਤੇ ਸਮਝ ਲੈ, ਮੈਂ ਚੜ ਗਈ, ਚੱਲੀ ਜੀ ਆਪਾਂ ਫਿਰ ਵਗ ਚੱਲਦੇ ਹਾਂ। ਤੇ ਮੈਂ ਕਹਿੰਦਾ ਸੀਗਾ ਕੰਮ ਤਾਂ ਦਿਨ ਵੇੜਦੇ ਹਰੇ, ਬੀਬੀ ਨੂੰ ਮਗਰੋਂ ਕੱਲੀ ਨੂੰ ਔਖਾ ਹੋ ਜਾਊਗਾ। ਵੇ ਕੋਈ ਨਹੀਂ, ਤੂੰ ਕੰਮਾਂ ਦਾ ਫਿਕਰ ਨਾ ਕਰ ਪੁੱਤ, ਕੰਮ ਮੈਂ ਆਪੇ ਕਰ ਲੂੰਗੀ, ਜਿਹੜਾ ਇਹ ਛੋਟਾ ਕੰਮ ਹੈ ਇਹ ਵੱਡਾ ਹੈ, ਪਹਿਲੇ ਇਹ ਕਰਕੇ ਆਓ। ਨਾ ਬੀਬੀ ਤੈਨੂੰ ਲਿਆ ਕੇ ਨਾ ਦੇਵਾਂ ਫਿਰ ਕੋਈ ਚੀਜ਼? ਵੇ ਪੁੱਤ ਮੈਂ ਕੀ ਕਰਨਾ, ਹੁਣ ਮੇਰੇ ਤੇ ਬੜੇ ਪਾਗ ਹੈ, ਤੋਰਿਆ ਮੈਥੋਂ ਨਹੀਂ ਜਾਂਦਾ, ਗੋਡੇ ਮੇਰੇ ਨਹੀਂ ਸਿੱਧੇ, ਮੈਂ ਚੀਜ਼ਾਂ ਕੀ ਕਰਨੀਆਂ ਨੇ, ਤੁਸੀਂ ਪਾਉਣ ਵਾਲੇ ਜਿਉਂਦੇ ਰਹੋ। ਹੈ ਮਾਂ ਮੈਂ ਦੱਸਾਂ ਕੀ ਲਿਆ ਕੇ ਦੇਣਾ ਤੈਨੂੰ? ਉਹ ਇੱਕ ਝਾਂਜਰਾ ਨਹੀਂ ਜਿਹਦੇ ਖਾਸ ਘੁੰਗਰੂ ਜੇ ਹੁੰਦੇ ਨੇ, ਉਹ ਲਿਆ ਦੇ ਮਾਂ ਨੂੰ, ਪਾ ਕੇ ਵਿਹੜੇ 'ਚ ਛਣ ਛਣ ਕਰਦੀ ਫਿਰਿਆ ਕਰੂ। ਦੇਖ ਲੈ ਨੀ, ਉਹ ਤਾਂ ਪਾਉਣ ਵੇਲੇ ਨਹੀਂ ਪਾਈਆਂ, ਮੇਰੀ ਸੱਸ ਨੇ ਕੰਜੂਸੀ ਵਰਤ ਲਈ, ਮੇਰੀ ਨਾਨਦ ਵਾਲੇ ਟੁਕਮਾ ਮੈਨੂੰ ਪਾਤੀਆਂ ਨੇ, ਪੁੱਤੀ ਨੇ ਨਵੀਆਂ ਨਹੀਂ ਕਰਾ ਕੇ ਪਾਈਆਂ, ਜਦੋਂ ਦੇਖੀਆਂ ਪਾਉਣ ਲੱਗੀ ਨੇ ਤਾਂ ਉਹਦੇ ਘੁੰਗਰੂ ਨਾਲ, ਉਹ ਵੀ ਨੰਦ ਲੈ ਗਈ ਹੋਣੀ, ਉਹ ਵੀ ਨੰਦ ਲੈ ਗਈ, ਮੈਂ ਤਾਂ ਰੌਲਾ ਪਾ ਲਿਆ, ਮੈਂ ਤਾਂ ਨੰਦਾ ਤੇ ਨਹੀਂ ਬਹਿੰਦੀ। ਆ ਦੇਖੀ ਕਹੇ ਜੀ ਗੱਲ ਕਰਦੇ ਕਿ ਘੁੰਗਰੂ ਵਾਲੀ ਝਾਂਜਰਾ, ਹਾਂ ਦੇਖ ਮੇਰੀ ਗੱਲ ਹੁਣ ਖੱਚਰ ਰੇੜੇ ਮੂੰਹ ਖੜਕਾ ਕਰਦੀ ਫਿਰੂ, ਇਹ ਉਹਨਾਂ ਦਾ ਰਿਵਾਜ ਪਤਾ ਕਿੰਨਾ, ਕਿੰਨੀਆਂ
ਚਾਕੂ ਲੁਗਾ ਕੇ ਉਤਾਰ ਦੀ। ਓਹੋ ਤਰਦੀ ਨੀ ਫਿਰਦਾ, ਮਰੀ ਮਰਾਈ ਉਤਰੇ ਨੀ ਮਾਂ। ਇੱਕੋ ਕਵਾੜੀ ਜੀ ਮੈਂ ਸਾ, ਮੇਰੀ ਸੱਸ ਵਰਗੀ, ਉਹ ਨਾ ਚੱਕ ਲੈ ਤੈਨੂੰ ਸਿੰਗਾ ਤੇ। ਨਹੀਂ ਚੱਕਦੀ। ਆ ਚੱਲੀਏ ਚਲੋ। ਤੁਸੀਂ ਜਾਓ ਤਾਂ ਸਹੀ, ਕੇਰਾ ਕੰਮ ਤਾਂ ਬਣ ਜਾਣ ਦੇ, ਮੈਨੂੰ ਜਿਹੜੀ ਸਿੰਗਾਂ ਤੇ ਚੱਕੂ ਉਹ ਦੇਖੀ ਜਾਊ। ਭੂਆ ਜੀ ਮੈਂ ਪੁੱਛਦੀ ਸੀ ਅੱਜ ਸਬਜ਼ੀ ਕੀ ਬਣਾਉਣੀ ਹੈ। ਲੈ ਪੁੱਤ ਜਿਹੜੀ ਚੀਜ਼ ਨੂੰ ਤੇਰਾ ਜੀ ਕਰਦਾ ਉਹ ਬਣਾ ਲੈ, ਮੈਨੂੰ ਪੁੱਛਣ ਵਾਲੀ ਕੀ ਗੱਲ ਹੈ। ਮੇਰੇ ਜੀ ਨੂੰ ਕੀ ਹੈ, ਸਾਰਿਆਂ ਨੂੰ ਚੰਗੀ ਲੱਗਣੀ ਚਾਹੀਦੀ ਹੈ ਸਬਜ਼ੀ, ਤੁਸੀਂ ਉਹ ਦੱਸੋ। ਤੇਰੀ ਮਾਂ ਨੂੰ ਪੁੱਛ ਲੈਂਦੀ ਪੁੱਤ। ਮਾਂ ਹੈ ਨਹੀਂ ਗੀ, ਮੈਂ ਬਾਹਰ ਵੀ ਦੇਖ ਕੇ ਆਈ, ਬਾੜੇ 'ਚ ਵੀ ਦੇਖ ਆਈ, ਪਤਾ ਨਹੀਂ ਕਿੱਧਰ ਗਈ ਹੈ। ਬਾਹਰ ਵੀ ਦੇਖ ਆਈ, ਬਾੜੇ 'ਚ ਵੀ ਦੇਖ ਆਈ, ਕਿੱਧਰ ਭੱਗ ਗਈ ਉਹ? ਮੈਨੂੰ ਲੱਗਦਾ ਨਾਲ ਦੇ ਘਰਾਂ ਦੇ ਨਾ ਗਈ ਹੋਵੇ। ਚੱਲ ਕੋਈ ਨਹੀਂ, ਭੱਗ ਗਈ ਹੋਗੀ ਉਹ ਤਾਂ। ਮੇਰੀ ਗੱਲ ਸੁਣ ਪੁੱਤ। ਹਾਂਜੀ। ਦੇਖ ਕਿੰਨੀ ਵਧੀਆ ਲੱਗਦੀ ਹੈ ਹੱਸਦੀ ਖੇਡਦੀ। ਮੈਨੂੰ ਇਹ ਵੀ ਪਤਾ ਵੀ ਤੇਰੇ ਦਿਲ 'ਚ ਕੋਈ ਗੱਲ ਨਹੀਂ, ਮੇਰੀ ਗੱਲ ਸੁਣਦੀ ਬਣ ਕੇ। ਮੈਂ ਤੈਨੂੰ ਇੱਕ ਗੱਲ ਪੁੱਛਣੀ ਆ, ਸੱਚ ਸੱਚ ਦੱਸੀ, ਝੂਠ ਨਾ ਬੋਲੀ ਤੀ ਬਣ ਕੇ। ਕੀ ਭੂਆ? ਕੀ ਭੂਆ ਨੀ, ਪਹਿਲਾਂ ਮੈਨੂੰ ਐਂ ਦੱਸ ਵੀ ਤੈਨੂੰ ਹੋ ਕੀ ਜਾਂਦਾ ਹੁੰਦਾ ਗਾ, ਕਿਉਂ ਤੂੰ ਇੰਨਾ ਬਲੱਡ ਵਧਾ ਲੈਂਦੀ ਹੈਗੀ, ਕੀ ਗੱਲ ਹੈ ਕਿ ਤੈਨੂੰ ਕੋਈ ਲੁੱਤੀਆਂ ਲਾਉਂਦਾ ਗਾ? ਨਾ ਭੂਆ, ਮੈਂ ਤਾਂ ਹੁਣ ਕੋਈ ਗਲਤੀ ਕੀਤੀ ਨਹੀਂ, ਜਦੋਂ ਦੀ ਆਈ ਹਾਂ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਕਰੀ ਜਾਂਦੀ ਹਾਂ, ਕੋਈ ਗੱਲ ਮਾੜੀ ਲੱਗੀ ਤੁਹਾਨੂੰ ਮੇਰੀ? ਨਾ ਨਾ ਪੁੱਤ, ਹੁਣ ਮੈਨੂੰ ਤੇਰੀ ਕੋਈ ਗੱਲ ਨਹੀਂ ਮਾੜੀ ਲੱਗੀ, ਨਾ ਤੂੰ ਦਿਲ ਦੀ ਮਾੜੀ ਆ, ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿਸੇ ਨਾ ਕਿਸੇ ਦੀ ਚੱਕ 'ਚ ਆ ਕੇ ਬੋਲਦੀ ਹੈ ਤੂੰ। ਦੇਖਦੀ ਹੈ ਆਪਣਾ ਘਰ ਪੱਟ ਕੇ ਅਗਲਾ ਤਮਾਸਾ ਦੇਖਦਾ ਗਾ। ਮੈਂ ਤੈਨੂੰ ਇਹੀ ਕਹਿਣਾ ਚਾਹੁੰਦੀ ਹਾਂ ਵੀ ਪੁੱਤ ਬਣ ਕੇ ਮੈਨੂੰ ਦੱਸ ਦੇ ਤੈਨੂੰ ਗੱਲਾਂ ਆਖਰ ਸਿਖਾਉਂਦਾ ਕੌਣ ਆ? ਦੇਖ ਪਤਾ ਤਾਂ ਮੈਨੂੰ ਹੈਗਾ ਵੀ ਕੋਈ ਨਾ ਕੋਈ ਤਾਂ ਤੈਨੂੰ ਬੰਦਾ ਕੋਈ ਗੱਲ ਕਹਿੰਦਾ ਗਾ। ਨਹੀਂ ਭੂਆ, ਤੁਹਾਨੂੰ ਉਹੀ ਲੱਗਦਾ, ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ। ਲੈ ਪੁੱਤ ਹੁਣ ਕੋਈ ਮੈਂ ਨਿਆਣੀ ਨਹੀਂ ਹੈਗੀ ਵੀ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ, ਗੱਲ ਤਾਂ ਜ਼ਰੂਰ ਹੈ, ਦੱਸ ਦੇ ਮੇਰੀ ਧੀ ਬਣ ਕੇ, ਮੈਂ ਕਿਹੜਾ ਤੇਰੇ ਨਾਲ ਲੜਨਾ ਗਾ। ਨਹੀਂ ਭੂਆ ਜੀ, ਸੱਚੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਉਦੋਂ ਮੇਰੇ ਤੋਂ ਅਣਜਾਣੇ 'ਚ ਗਲਤੀ ਹੋ ਗਈ, ਪਰ ਹੁਣ ਇਹ ਗਲਤੀ ਨਹੀਂ ਹੁੰਦੀ। ਦੇਖ ਪੁੱਤ ਅਣਜਾਣੇ 'ਚ ਤਾਂ ਨਹੀਂ ਤੈਥੋਂ ਗਲਤੀ ਹੋਈ, ਮੈਂ ਵੀ ਦੁਨੀਆਦਾਰੀ ਬਹੁਤ ਦੇਖੀ ਹੈਗੀ, ਜੇ ਤੇਰਾ ਦੇਖ ਬਲੱਡ ਬਲੁੱਡ ਵੱਧ ਹੈਗਾ ਤਾਂ ਪੁੱਤ ਤੈਨੂੰ ਕਿਸੇ ਚੰਗੇ ਡਾਕਟਰ ਤੋਂ ਦਵਾਈ ਦਵਾ ਦਿੰਦੇ ਹਾਂ। ਉਹ ਨਾ ਨਾ ਭੂਆ, ਮੇਰਾ ਕਾਹਦੇ ਨਾਲ ਬਲੱਡ ਵਧਣਾ, ਉਹ ਤਾਂ ਨਾ ਮੈਨੂੰ। ਕੀ ਮੈਨੂੰ? ਆਹੀ ਤਾਂ ਪੁੱਤ ਮੈਂ ਪੁੱਛਣਾ, ਮੈਨੂੰ ਦੱਸ ਦੇ ਧੀਏ ਪਤਾ ਕੀ ਹੈ, ਜਿਹੜਾ ਬੰਦਾ ਤੈਨੂੰ ਕੱਲ੍ਹ ਸਿਖਾਉਂਦਾ ਸੀ ਉਹ ਸਿਖਾਊਗਾ ਗਾਹਾਂ ਵੀ? ਭੂਆ ਭੂਆ ਮੇਰੀ ਸੌਂਕ ਆ ਵੀ ਤੂੰ ਇਹ ਗੱਲ ਕਿਸੇ ਨੂੰ ਨਹੀਂ ਦੱਸੇਂਗੀ, ਅਤੇ ਇਹ ਗੱਲ ਸੁਣਨ ਤੋਂ ਬਾਅਦ ਨਾ ਤਾਂ ਕਿਸੇ ਨਾਲ ਲੜੇਂਗੀ ਅਤੇ ਨਾ ਹੀ ਕਿਸੇ ਨੂੰ ਜਾ ਕੇ ਕੁਛ ਕਹੇਂਗੀ। ਮੇਰੀ ਗੱਲ ਸੁਣ, ਮੇਰਾ ਪੁੱਤ ਕੋਈ ਦਿਮਾਗ ਨਹੀਂ ਖਰਾਬ ਵੀ ਮੈਂ ਕਿਸੇ ਨਾਲ ਲੜੂੰਗੀ, ਮੈਨੂੰ ਗੱਲ ਦੱਸ ਵੀ ਤੈਨੂੰ ਸਿਖਾਉਂਦਾ ਕੌਣ ਸੀ, ਕੌਣ ਕੀ ਗੱਲ ਕਹਿੰਦਾ ਸੀ, ਕਿਉਂ ਤੂੰ ਇੰਨਾ ਭੜਕੀ ਸੀ? ਦੇਖ ਪੁੱਤ ਆਪਾਂ ਇੰਨੇ ਪਿਆਰ ਨਾਲ ਰਹਿੰਦੇ ਸੀ, ਆਪਣੇ ਘਰੇ ਦੇਖ ਇੱਕ ਕਿਸੇ ਨੇ ਮਾੜੀ ਜਿਹੀ ਅੱਗ ਲਾਈ ਨੇ, ਕਿੱਥੇ ਤੱਕ ਗੱਲਾਂ ਪਹੁੰਚਾ ਦੀਆਂ, ਪੰਚਾਇਤਾਂ ਤੱਕ ਇਕੱਠੀਆਂ ਕਰਾ ਦੀਆਂ। ਪੁੱਤ ਤੂੰ ਆਪ ਸੋਚ, ਪੜ੍ਹੀ ਲਿਖੀ ਹੈਗੀ, ਮੈਨੂੰ ਪਤਾ ਵੀ ਤੂੰ ਵੀ ਮੈਨੂੰ ਪਿਆਰ ਕਰਦੀ ਸੀ ਅਤੇ ਮੈਂ ਵੀ ਤੈਨੂੰ ਪਿਆਰ ਕਰਦੀ ਹਾਂ, ਪਰ ਆਪਣੇ ਮਨਾਂ ਦੇ ਵਿੱਚ ਫਰਕ ਕਿਸੇ ਨਾ ਕਿਸੇ ਨੇ ਤਾਂ ਪਾਇਆ, ਦੱਸ ਮੇਰੀ ਧੀ ਬਣ ਕੇ ਕੌਣ ਕਹਿੰਦਾ, ਤੈਨੂੰ ਕੌਣ ਸਿਖਾਉਂਦਾ? ਅਸਲ 'ਚ ਭੂਆ ਜੀ ਆਪਣੀ ਪਰਲੇ ਘਰ ਵਾਲੀ ਬੇਬੇ, ਉਹ ਜਦੋਂ ਵੀ ਆਉਂਦੀ ਸੀ ਮੇਰੇ ਕੋਲ, ਅਸਲ 'ਚ ਪਹਿਲੀ ਗੱਲ ਤਾਂ ਜਦੋਂ ਆਉਂਦੀ ਸੀ ਤੁਸੀਂ ਮੈਨੂੰ ਅੰਦਰ ਭੇਜ ਦਿੰਦੇ ਸੀ, ਉਦੋਂ ਤਾਂ ਸ਼ਾਇਦ ਮੈਂ ਸਮਝੀ ਨਹੀਂ ਇਹ ਗੱਲ ਵੀ ਤੁਸੀਂ ਮੈਨੂੰ ਕਿਉਂ ਭੇਜਦੇ ਸੀ ਅੰਦਰ, ਪਰ ਜਦੋਂ ਇੱਕ ਦਿਨ ਤੁਸੀਂ ਘਰੇ ਨਹੀਂ ਸੀ ਨਾ, ਨਾ ਮਾਂ ਸੀ ਨਾ ਤੁਸੀਂ ਸੀ, ਉਦੇ ਉਹ ਮੇਰੇ ਕੋਲ ਆਈ, ਉਦੇ ਉਹਨੇ ਮੈਨੂੰ ਬਹੁਤ ਗੱਲਾਂ ਕਹੀਆਂ, ਫਿਰ ਉਹ ਮੇਰੇ ਕੋਲ ਆਈ, ਮਤਲਬ ਉਹਦੀਆਂ ਗੱਲਾਂ ਇਸ ਤਰੀਕੇ ਨਾਲ ਹੁੰਦੀਆਂ ਸੀ ਨਾ, ਮੈਂ ਸੋਚਣ 'ਤੇ ਮਜਬੂਰ ਹੋ ਜਾਂਦੀ ਸੀ। ਮੈਨੂੰ ਪੁੱਤ ਜਿਹੜੀ ਗੱਲ ਦਾ ਡਰ ਸੀ ਨਾ ਆਖਰ ਉਹੀ ਹੋਈ, ਮੈਂ ਜਾਣਦੀ ਸੀ ਵੀ ਉਹਨਾਂ ਤੋਂ ਬਾਅਦ ਹੋਰ ਕੋਈ ਨਹੀਂ ਹੋ ਸਕਦਾ, ਇਕੱਲੇ ਉਹੀ ਹੈ ਵੀ ਜਿਹੜੇ ਤੈਨੂੰ ਸਿਖਾਉਣਗੇ। ਮੈਂ ਸੋਚਦੀ ਸੀ ਚੱਲ ਹੁਣ ਤਾਂ ਉਹ ਖਹਿੜਾ ਛੱਡ ਦੂਗੀ, ਕਰਮਾ ਵਿਆਹਿਆ ਗਿਆ, ਪਰ ਉਹਨੇ ਖਹਿੜਾ ਹਜੇ ਵੀ ਨਹੀਂ ਛੱਡਿਆ, ਅੱਗੇ ਹੁਣ ਉਹ ਤੈਨੂੰ ਸਿਖਾਉਣ ਲੱਗ ਗਈ। ਅੱਗੇ ਸਿਖਾਉਣ ਲੱਗ ਗਏ? ਪਹਿਲਾਂ ਕਿਹਨੂੰ ਸਿਖਾਉਂਦੇ ਸੀ ਭੂਆ ਜੀ ਉਹ? ਪਹਿਲਾਂ ਵੀ ਪੁੱਤ ਕਸਰਾਂ ਉਹਨੇ ਕੋਈ ਛੱਡੀਆਂ ਹੀ ਨਹੀਂ ਹੈਗੀਆਂ, ਗੱਲੇ ਗੱਲੇ ਤੈਨੂੰ ਮੈਂ ਬਹੁਤ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਪੁੱਤ ਸਰੀਕ ਕਦੇ ਕਿਸੇ 'ਤੇ ਰਾਜ਼ੀ ਨਹੀਂ ਹੁੰਦੇ, ਤੇਰੀ ਮਾਂ ਨੂੰ ਪੁੱਤ ਉਹਨਾਂ ਨੇ ਬਹੁਤ ਸਿਖਾਉਣ ਦੀ ਕੋਸ਼ਿਸ਼ ਕੀਤੀ, ਅੱਜ ਮੈਂ ਤੈਨੂੰ ਸੱਚ ਦੱਸ ਹੀ ਦਿੰਦੀ ਹਾਂ, ਜਿਹੜੀ ਤੇਰੀ ਅੰਬੋ ਆ ਨਾ ਉਹ ਇਹ ਚਾਹੁੰਦੀ ਸੀ ਵੀ ਜਿਹੜੀ ਤੇਰੀ ਮਾਂ ਉਹਦੀ ਪੱਗ ਨਾ ਕਰਮੇ ਨੂੰ ਦੇ ਦਿਓ, ਵੀ ਕਰਮਾ ਪੱਗ ਲੈ ਲੂਗਾ, ਨਾਲੇ ਤਾਂ ਜ਼ਮੀਨ ਅਤੇ ਨਾਲੇ ਇਹਨਾਂ ਦੀ ਬਹੂ ਵੀ ਸਾਡੇ ਘਰ ਆ ਜੇ। ਪਹਿਲੇ ਦਿਨੋਂ ਉਹਦੀ ਇਹ ਜਿੱਦ ਰਹੀ ਸੀ, ਤਾਂ ਹੀ ਤਾਂ ਤੇਰਾ ਕਰਮਾ ਚਾਚਾ ਉਹਨਾਂ ਨੇ ਐਡਾ ਕਰ ਲਿਆ ਸੀ, ਵਿਆਹਿਆ ਨਹੀਂ ਸੀ, ਇਹਨੂੰ ਬਥੇਰੀਆਂ ਲੋਤੀਆਂ ਲਾਈਆਂ, ਪਰ ਤੇਰੀ ਮਾਂ ਨੇ ਕਦੇ ਉਹਦੀ ਇੱਕ ਗੱਲ ਨਹੀਂ ਮੰਨੀ, ਤਾਂ ਹੀ ਪੁੱਤ ਉਹ ਮੇਰੇ 'ਤੇ ਮੱਚਦੀ ਹੈਗੀ,
ਵੀ ਇਹ ਇੱਥੇ ਬੈਠੀ ਕੀ ਪਤਾ ਪੁੱਤ ਕਿਹੜੀਆਂ ਕਿਹੜੀਆਂ ਮਜ਼ਬੂਰੀਆਂ ਕਰਕੇ ਇਸ ਘਰ ਨੂੰ ਕਿਵੇਂ ਕਿਵੇਂ ਅਸੀਂ ਜੋੜ ਕੇ ਰੱਖਿਆ। ਹੁਣ ਉਹਦਾ ਦਾਗ ਤੇਰੀ ਮਾਂ 'ਤੇ ਤਾਂ ਚੱਲਿਆ ਨਹੀਂ, ਤੇਰੇ 'ਤੇ ਪੁੱਤ ਉਹ ਚਲਾਈ ਗਈ। ਮੈਂ ਬਹੁਤ ਤੈਨੂੰ ਉਹ ਤੋਂ ਲੁਕੋ ਲੁਕੋ ਰੱਖਿਆ, ਨਹੀਂ ਉਹਦੇ ਕੋਲ ਬੈਠਣ ਦਿੱਤਾ, ਨਹੀਂ ਪੁੱਤ ਆਪਣੇ ਹੈ ਕੌਣ। ਦੋ ਘਰ ਸੀ ਬੈਠੇ ਹੱਸੇ ਖੇਡੇ, ਜਿਹੜੀਆਂ ਗੱਲਾਂ ਦਾ ਪੁੱਤ ਸਾਨੂੰ ਡਰ ਸੀਗਾ ਉਹ ਸਾਡੇ ਮੂਹਰੇ ਆ ਗਈਆਂ। ਕਦੇ ਜ਼ਿੰਦਗੀ 'ਚ ਅਸੀਂ ਪੰਚਾਇਤਾਂ 'ਚ ਨਹੀਂ ਸੀ ਬੈਠੀਆਂ, ਇੱਕ ਸਾਰੀ ਉਮਰ ਅਸੀਂ ਐਂ ਰਹੀਆਂ ਭੈਣਾਂ ਭੈਣਾਂ ਬਣ ਕੇ, ਕਦੇ ਨਣਦ ਭਰਜਾਈ ਵਾਲਾ ਅਸੀਂ ਰੱਖਿਆ ਹੀ ਨਹੀਂ ਸੀ। ਉਹਨੇ ਆਪਦੀ ਚਾਲ ਕਾਮਯਾਬ ਕਰ ਲਈ ਪੁੱਤ, ਸਹੀ ਗੱਲ ਹੈ। ਪੰਚਾਇਤ ਇਕੱਠੀ ਕਰਕੇ ਮੈਂ ਕਿੰਨੀ ਪਾਗਲ ਸੀ ਜਿਹੜੀ ਉਹਨਾਂ ਦੇ ਗੱਲਾਂ 'ਚ ਆ ਗਈ। ਤੁਸੀਂ ਮੈਨੂੰ ਇੰਨੇ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਨਹੀਂ ਸਮਝੀ, ਫਿਰ ਮੇਰੀ ਪੜ੍ਹੀ ਲਿਖੀ ਹੋਣ ਦਾ ਕੀ ਫਾਇਦਾ ਜਦੋਂ ਮੈਂ ਉਹਨਾਂ ਦੀ ਗੱਲਾਂ 'ਚ ਹੀ ਆ ਗਈ। ਅਸਲ 'ਚ ਨਾ ਭੂਆ, ਜਿਸ ਦਿਨ ਤੁਸੀਂ ਮੈਨੂੰ ਲੈ ਕੇ ਆਏ ਮੇਰੇ ਪੇਕਿਓਂ, ਉਸ ਦਿਨ ਹੀ ਮੈਂ ਤਾਈ ਦੀ ਨਾ ਬੀਬੀ ਦੀਆਂ ਕਈ ਗੱਲਾਂ ਪੜ੍ਹ ਗਈ ਸੀ। ਬੀਬੀ ਜਦੋਂ ਤੁਹਾਡੇ ਵੱਲ ਦੀ ਗੱਲ ਕਰੇ ਫਿਰ ਮੇਰੇ ਵੱਲ ਦੀ ਗੱਲ ਕਰੇ, ਮੈਂ ਉੱਥੇ ਹੀ ਬੁੱਝ ਲਿਆ ਸੀ ਵੀ ਬੀਬੀ ਦੀਆਂ ਗੱਲਾਂ ਸਹੀ ਨਹੀਂ ਹੈਗੀਆਂ, ਤਾਂ ਹੀ ਤਾਂ ਮੈਂ ਉਸ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ। ਪੁੱਤ ਦੁਨੀਆਦਾਰੀ ਹੈ ਇਹ, ਝੁਕਦੇ ਪੱਲੜੇ ਕੰਨੇ ਦੀ ਹੁੰਦੀ ਹੈ, ਜਿੱਥੇ ਉਹਨੂੰ ਸਹੀ ਲੱਗਦਾ ਉੱਥੇ ਉਹ ਆਪਦਾ ਪਾਸਾ ਪਲਟ ਜਾਂਦੀ ਹੈ। ਕੀ ਕਰੀਏ, ਇੱਕ ਬਸ ਨਾ ਇੱਕ ਆ ਪਿੰਡ 'ਚ ਰਹਿਣੇ ਆ, ਉਹਨਾਂ ਨਾਲ ਲੋਕ ਲੱਜੋ ਬੋਲਣਾ ਪੈਂਦਾ, ਜੀ ਤਾਂ ਕਰਦਾ ਨਹੀਂ। ਜਿੰਨੇ ਜ਼ਖਮ ਉਹਨਾਂ ਨੇ ਦਿੱਤੇ ਆ ਨਾ, ਇੰਨੇ ਤਾਂ ਪੁੱਤ ਸਾਨੂੰ ਮਰਿਆਂ ਦੇ ਜ਼ਖਮ ਨਹੀਂ ਹੈਗੇ ਗੇ, ਜਿੰਨੇ ਉਹ ਜਿਉਂਦੇ ਬੈਠੇ ਜ਼ਖਮਾਂ 'ਤੇ ਸਾਰਾ ਦਿਨ ਲੂਣ ਪਾਉਂਦੇ ਨੇ। ਦੇਖ ਮੇਰੀ ਧੀ, ਜਿੰਨਾ ਕਾਉਣਾ ਸੀ ਉਹਨਾਂ ਦੀਆਂ ਗੱਲਾਂ 'ਚ ਆ ਗਈ, ਹੁਣ ਨਾ ਪੁੱਤ ਕਦੇ ਉਹਨਾਂ ਦੀਆਂ ਗੱਲਾਂ 'ਚ ਆ ਜੀ, ਇਹ ਘਰ ਪੱਟਿਆ ਜਾਊ, ਜਾਣਾ ਕਿਸੇ ਦਾ ਕੱਖ ਨਹੀਂ। ਭੂਆ ਜੀ ਤੁਸੀਂ ਜਮੀ ਫਿਕਰ ਨਾ ਕਰੋ, ਹੁਣ ਨਹੀਂ ਮੈਂ ਬੀਬੀ ਦੀਆਂ ਗੱਲਾਂ 'ਚ ਆਉਂਦੀ, ਹੁਣ ਮੈਨੂੰ ਜਿਹੜੀ ਸੱਚਾਈ ਪਤਾ ਨਹੀਂ ਸੀ ਨਾ ਉਹ ਵੀ ਪਤਾ ਲੱਗ ਗਈ। ਕੋਈ ਨਾ, ਹੁਣ ਆਉਣ ਦਿਓ ਉਹਨਾਂ ਨੂੰ ਇੱਥੇ, ਮੈਂ ਦੱਸੂੰਗੀ, ਤੁਸੀਂ ਜਮਾਂ ਫਿਕਰ ਨਾ ਕਰੋ। ਆਪਾਂ ਲੜਨਾ ਵੀ ਨਹੀਂ ਕਿਸੇ ਨਾਲ, ਅਤੇ ਉਹਨਾਂ ਨਾਲ ਤਾਂ ਨਾ ਮੈਂ ਆਪੀ ਗੱਲ ਕਰ ਲੂੰਗੀ, ਬਸ ਮੈਂ ਤੇਰੇ ਮੂੰਹੋਂ ਆਹ ਗੱਲ ਹੀ ਸੁਣਨੀ ਸੀ। ਪਤਾ ਤਾਂ ਪੁੱਤ ਸਾਨੂੰ ਨਣਦ ਭਰਜਾਈ ਨੂੰ ਉਦੇ ਦਾ ਹੀ ਹੈਗਾ, ਬਸ ਅਸੀਂ ਤੇਰੇ ਮੂੰਹੋਂ ਗੱਲ ਸੁਣਨੀ ਸੀ, ਅੱਜ ਮੈਂ ਤਾਂ ਗੱਲ ਸੁਣ ਲਈ। ਕੋਈ ਨਹੀਂ, ਚਾਚੀ ਨੂੰ ਤਾਂ ਹੁਣ ਮੈਂ ਦੱਸੂੰਗੀ ਵੀ ਕਿਵੇਂ ਸਿਖਿਆਈ ਦਾ ਹੁੰਦਾ। ਪਰ ਭੂਆ ਜੀ ਮੈਂ ਲੜਦੀ ਨਹੀਂ, ਮੈਂ ਸਿਆਣੀ ਹਾਂ ਪੁੱਤ, ਕੋਈ ਮੈਂ ਪਾਗਲ ਨਹੀਂ ਹੈਗੀ, ਤੇਰਾ ਨਾਂ ਲਊਂਗੀ, ਕੁਛ ਨਹੀਂ, ਚੱਲ ਜਾ ਮੇਰੀ ਧੀ, ਉੱਠ ਕੇ ਕੰਮ ਕਰ ਲਾ। ਹਾਂ ਠੀਕ ਹੈ ਭੂਆ ਜੀ। ਚੰਗਾ ਪੁੱਤ, ਬਣਾ ਲਾ ਜਿਹੜੀ ਸਬਜ਼ੀ ਬਣਾਉਣੀ। ਮਾਂ ਨਹੀਂ ਚਾਚੀ ਗੇ ਤੇਰੇ, ਹਟੀ ਨਾ ਵੈਰਤਾ ਕਰਨ, ਕਦੇ ਤਾਂ ਸੁਧਰ ਜਾ, ਹੁਣ ਤਾਂ ਸਿਵਿਆਂ 'ਚ ਜਾਣ ਵਾਲੀ ਹੋਈ ਪਈ ਹੈ। ਓਏ ਹਰਜੀਤ। ਹਾਂ ਫੱਫੜਾ। ਭਰੀ ਨਹੀਂ ਹੈ ਜੇ ਟਰਾਲੀ? ਕਿੱਥੇ, ਝਾੜਨੀਆਂ ਪੈਂਦੀਆਂ ਨਾਲ ਦੀ ਨਾਲ, ਇੱਕ ਹੋ ਰਹੀਆਂ ਬੋਦੀਆਂ ਨੇ ਸਾਰੀਆਂ, ਇਹ ਖਰਾਬ ਹੋ ਰਹੀਆਂ ਨੇ। ਚੱਲ ਮੇਰੀ ਗੱਲ ਸੁਣ, ਆ ਕੇ ਚਾਹ ਚੂ ਪੀ ਲਓ, ਅਤੇ ਨਾਲੇ ਬਾਪੂ ਵੀ ਆਇਆ ਨਾਲ ਅੱਜ ਮੇਰੇ। ਉਹ ਬਾਪੂ ਨੂੰ ਕਾਹਤੋਂ ਲੈ ਕੇ ਆਈ ਫੱਫੜਾ, ਇਵੇਂ ਫਿਰ ਇੱਥੇ, ਤੈਨੂੰ ਪਤਾ ਬਿਮਾਰ ਹੋਜੂਗਾ, ਗਰਦੀ ਚੜ ਜੂਗੀ। ਬਾਪੂ ਤਾਂ ਐਂ ਡਰਦਾ ਜਿਵੇਂ ਦੰਦੀ ਵੱਢਦਾ ਹੁੰਦਾ ਤੇਰੇ, ਉਹੀ ਗੱਲ ਫਿਰ। ਉਹ ਦੰਦੀ ਨਹੀਂ ਫੱਫੜਾ, ਫਿਰ ਤੈਨੂੰ ਪਤਾ ਬਿਮਾਰ ਹੋ ਜਾਂਦਾ ਫਿਰ ਲਿਆਉਣਾ ਪੈਂਦਾ ਗਾ। ਛਟਕਾਂ ਹੀ ਰਹੀਆਂ ਨੇ ਹਨਾ, ਉਹੀ ਗੱਲ ਖਰਾਬ ਹੋ ਗਈਆਂ ਜਮਾਂ। ਮੈਂ ਕਹੀ ਤਾਂ ਜਾਂਦਾ ਫੱਫੜਾ, ਤੂੰ ਕਿਹੜਾ ਮੰਨਦਾ ਹੁੰਦਾ ਗਾ, ਨਾ ਨਾ ਹੋਰ ਪੱਟ ਲਓ, ਹੋਰ ਪੱਟ ਲਓ, ਇੰਨੀਆਂ ਕਰਾਉਣੀਆਂ ਹੁੰਦੀਆਂ ਨੇ, ਦੋ ਤਿੰਨ ਟਰਾਲੀਆਂ ਵਾਧੂ ਰਹਿੰਦੀਆਂ ਨੇ ਆਪਾਂ ਨੂੰ। ਉਹ ਫਿਰ ਪੱਟਣੀਆਂ ਤਾਂ ਪੈਂਦੀਆਂ ਹੀ ਨੇ, ਹੁਣ ਫਿਰ ਢੇਰ ਵੀ ਕਿਤੇ ਨਾ ਕਿਤੇ ਲਾਉਣਾ ਹੀ ਹੁੰਦਾ ਸ਼ੌਰ ਇਹਦਾ। ਚੱਲ ਕੋਈ ਨਾ, ਫਿਰ ਆ ਗਿਆ, ਹੁਣ ਤੂੰ ਕਾਹਨੂੰ ਲਿਪੜ ਦਾਂਗਾ, ਤੂੰ ਪਰਾਂ ਪੱਕ ਜਾ, ਕੋਈ ਨਾ ਅਸੀਂ ਭਰ ਲਾਂਗੇ ਟਰਾਲੀ। ਮੈਨੂੰ ਨਹੀਂ ਲੱਗਦਾ ਵੀ ਤੁਸੀਂ ਭਰ ਦਿਓਗੇ ਅੱਜ ਟਰਾਲੀ। ਫੱਫੜਾ ਕਰੀ ਜਾਂਦੇ ਕੰਮ, ਤੜਕੇ ਥੱਕ ਜਾਂਦੇ, ਇੰਨਾ ਕਿਹੜਾ ਮੈਂ ਕੰਮ ਕੀਤਾ ਗਾ। ਚੱਲ ਚੰਗਾ, ਆ ਜਾ ਫਿਰ, ਤੇਰਾ ਥਕੇਵਾਂ ਲਹਾਉਣਾ, ਚਾਹ ਪੀ ਲਓ। ਚੱਲ ਕਿਵੇਂ ਨੂੰ ਕਹਾ, ਫੀਮ ਲੈ ਕੇ ਆਉਣਾ ਤੂੰ ਮੇਰੇ ਵਾਸਤੇ। ਚੱਲ ਮੈਂ ਆ ਗਿਆ ਫਿਰ, ਆ ਜਾਓ ਤੁਸੀਂ ਵੀ, ਚਾਹ ਚੂ ਪੀ ਲਿਓ। ਬਾਪੂ ਕਿਹੜੇ ਕਮਾਂਦਰੇ ਵਾਲੇ ਨੇ ਉਹੀ ਗੱਲ, ਟਰਾਲੀ ਹਜੇ ਤੱਕ ਖਾਲੀ ਪਈ ਹੈ, ਮੈਂ ਤਾਂ ਆਇਆ ਸੀ ਮਹਾਂ ਮੈਂ ਗੇੜਾ ਲਾ ਕੇ ਆਊਂਗਾ, ਇਹਨਾਂ ਦਾ ਹਜੇ ਭਰੀ ਨਹੀਂ ਹੈਗੀ ਟਰਾਲੀ। ਹਜੇ ਸੱਬੇ ਸੁੱਬੇ ਬਣੇ ਨਹੀਂ ਉਹਨਾਂ ਤੋਂ ਭਰੀਆਂ, ਉਹ ਬਸ ਬਣਾਈ ਜਾਂਦੇ ਨੇ, ਗੱਲਾਂ ਵਾਲੀਆਂ ਮਾਰਦੇ ਨੇ ਇੱਕ ਤਾਂ, ਆਪਣੇ ਹਰਜੀਤ ਨੂੰ ਵੀ ਐਂ ਨਹੀਂ ਆਉਂਦਾ ਵੀ ਮੈਂ ਫਟਾਫਟ ਕੰਮ ਕਰਾ ਲਾ ਨਾਲ। ਉਹੀ ਫਿਰ ਨਿਆਣੇ ਵਾਲੀ ਗੱਲ ਕਰਦਾ ਜੀ ਤਾਂ ਆਪਣਾ, ਹੈ ਹੋਰ ਤੂੰ ਬੰਦੇ ਵੀ ਦੱਸ ਲੈ ਕੇ ਆਇਆ, ਤੂੰ ਆਪ ਕਾਹਨੂੰ ਗੱਲਾਂ ਮਾਰ ਲਾਉਂਦਾ। ਹੋਰ ਹੁਣ ਆ ਚਾਹ ਪਿਆ ਦਿੰਦੇ ਮਾੜਾ ਮੋਟਾ ਜਿੱਕ ਆ ਗਿਆ, ਇਹਨੂੰ ਕਹਿ ਤੂੰ ਆ ਗਿਆ ਓਏ। ਹਾਂ ਬਾਪੂ, ਮਹਾ ਤੂੰ ਕਾਹਤੋਂ ਆਉਣਾ ਸੀਗਾ, ਘਰੇ ਬੈਠਾ ਰਹਿੰਦਾ ਨਾ। ਮੇਰੀ ਤਾਂ ਸਿਰਾ ਜ਼ਰੂਰ ਖੁਸ਼ ਹੋ ਗਈ, ਮੈਂ ਤਾਂ ਤੁਹਾਨੂੰ ਰੋਜ਼ ਕਹਿੰਦਾ ਇਹਨਾਂ ਦੀ ਵੀ ਤੁਸੀਂ ਮੈਨੂੰ ਖੇਤ ਲੈ ਕੇ ਚੱਲੋ, ਖੇਤ ਲੈ ਕੇ ਚੱਲੋ। ਹੈ ਸਹੀ ਗੱਲ, ਹੁਣ ਬੰਦਾ ਭਾਈ ਜਦੋਂ ਪਾਸਾ ਥੱਲ ਲੈਂਦਾ ਨਾ, ਹਾਂ ਅੱਧਾ ਤੰਦਰੁਸਤ ਹੋ ਜਾਂਦਾ। ਸਹੀ ਗੱਲ ਆ ਬਾਪੂ ਤੇਰੀ। ਹਾਂ ਬਾਪੂ, ਗੱਲ ਤਾਂ ਮੈਂ ਕਰਦੇ ਜਿੱਦੇ ਕੋਈ ਕੰਮ ਨਾ ਹੁੰਦਾ ਨਾ, ਉਦਾਂ ਹੀ ਗੇੜਾ ਗੂੜਾ ਮਾਰ ਜਾਂਦਾ। ਅੱਜ ਤਾਂ ਗਰਦ ਵਾਲੀ ਸੀ ਇੱਥੇ। ਗਰਦ ਫੇਰ ਕੀ ਹੋ ਗਿਆ, ਹੈ ਸਾਰੀ ਉਮਰ ਲੰਘੀ ਸਿਰਾ ਸਾਡੀ ਕੰਮ ਕਰਦਾ। ਇਹਦਾ ਬਾਪੂ ਐਂ ਕਰਦਾ ਗੱਲਾਂ ਵੀ ਜਿਵੇਂ ਕਦੇ ਕੰਮ ਹੀ ਨਹੀਂ ਕਰਿਆ ਹੁੰਦਾ। ਮੈਨੂੰ ਵੀ ਕਹਿੰਦਾ ਤੂੰ ਪਿੱਛੇ ਹੋ ਜਾ ਕੇ ਫੁੱਫੜਾ, ਅਗਰ ਤੇਰੇ ਉੱਤੇ ਗਰਦ ਪਈ ਜੂ। ਮਹਾ ਕੋਈ ਗੱਲ ਨਹੀਂ, ਪੈ ਜਾਣ ਦੇ ਗਰਦ। ਤੇਰੇ ਤੇ ਤਾਂ ਪਈ ਨਹੀਂ ਨਾ, ਤੂੰ ਕੰਮ ਕਰਕੇ ਆਇਆ ਓਏ, ਫਲੀ ਭੰਨੀ ਆ ਤਹੀਂ।
ਬਾਪੂ ਸਾਰੀਆਂ ਸਾਡੀਆਂ ਖਰਾਬ ਹੋਈਆਂ ਪਈਆਂ, ਪਹਿਲਾਂ ਤਾਂ ਪੱਟਣੀਆਂ ਪੈਂਦੀਆਂ, ਹੌਲੀ ਹੌਲੀ ਫਿਰ ਝਾੜਨੀਆਂ ਪੈਂਦੀਆਂ, ਫਿਰ ਥੱਬੇ ਬਣਾਉਣੇ ਆ। ਅੱਛਾ, ਤਾਂ ਟਾਈਮ ਲੱਗ ਗਿਆ। ਮੈਂ ਤੁਹਾਨੂੰ ਉਦੋਂ ਕਿਹਾ ਸੀ ਸਿਆਲ ਲੰਘ ਗਿਆ ਵੀ ਤੁਸੀਂ ਭਾਈ ਮਾੜਾ ਮੋਟਾ ਸਟੀਆਂ ਦੀ ਅੱਗ ਬਾਲ ਲਿਆ ਕਰੋ, ਉਹ ਸਾਰੀਆਂ ਖਰਾਬ ਹੋ ਗਈਆਂ, ਉਹਨਾਂ ਨੂੰ ਉੱਲੀ ਲੱਗ ਜੂਗੀ। ਹੁਣ ਬਾਪੂ ਕੌਣ ਬਾਲਦਾ ਛਟਕਿਆਂ ਦੀ ਅੱਗ? ਤੈਨੂੰ ਪਤਾ ਜਿੰਨੀ ਕੁ ਚੱਲ ਕੋਈ ਆਹ ਧੂਈਂ ਤੱਪੇ 'ਤੇ ਜਾਂ ਮਾੜਾ ਮੋਟਾ ਚੁੱਲ੍ਹਾ ਜਿਹੜਾ ਬਾਲਿਆ ਗਾ ਉਹਨੂੰ ਉੱਥੇ ਖਤਮ ਹੋਈਆਂ ਨੇ, ਨਹੀਂ ਕੌਣ ਮਚਾਉਂਦਾ ਅੱਗਾਂ ਅੱਜ ਕੱਲ੍ਹ? ਜੇ ਬੰਦਾ ਛਟੀਆਂ ਲੈਣ ਵਾਲਾ ਮੁੱਲ ਉਹਨੂੰ ਪੁੱਛ ਲਓ, ਵੇਚ ਦਿਓ ਮੈਂ ਵਾਧੂ ਇਹ ਰਿਹਾ ਆਪਣੇ ਕੋਲ। ਓਏ ਬਾਪੂ ਕਾਹਦੇ ਵਾਸਤੇ, ਚੱਲ ਕੋਈ ਨਾ ਕੋਈ ਲੈ ਜਾਂਦਾ ਥੱਬਾ ਭਰੀ ਇੱਥੋਂ। ਭਰੀ ਤਾਂ ਇਹ ਆ ਸਿਹਰਾ, ਅੱਗੇ ਆਪਾਂ ਖੇਤ ਚੱਲ ਚਾਹ ਗੁੜ ਲੈ ਆਉਂਦੇ ਸੀ, ਚਾਹ ਬਣਾ ਲੈ। ਓਏ ਹਰਜੀਤ, ਗੱਲ ਤਾਂ ਪੱਕੀ ਹੈ ਬਾਪੂ ਦੀ, ਆਹ ਗੱਤਾ ਫੈਕਟਰੀ ਵਾਲੇ ਲੈ ਜਾਂਦੇ ਹੁੰਦੇ ਨੇ, ਉਹ ਚਾਰ ਟਰਾਲੀਆਂ ਪਈਆਂ, ਮੈਂ ਕਹਿੰਦਾ ਉਹਨਾਂ ਨੂੰ ਚੁਕਾ ਦਿੰਦੇ ਆ। ਫੱਫੜਾ ਤੁਹਾਡੀ ਮਰਜ਼ੀ ਹੈ, ਮੈਂ ਤਾਂ ਕੁਛ ਨਹੀਂ ਕਹਿੰਦਾ। ਫਿਰ ਆਇਆ ਮੇਰੀ ਗੱਲ ਸੁਣ, ਫਿਰ ਭਾਈ ਤੁਸੀਂ ਆਪਦਾ ਚਾਹ ਗੁੜ ਲਿਆਇਆ ਕਰੋ, ਉਰੇ ਅੱਗ ਮਚਾ ਕੇ ਤੁਸੀਂ ਚਾਹ ਉਰੇ ਬਣਾਇਆ ਕਰੋ। ਉਹ ਬਾਪੂ ਕਿੱਥੇ ਮੱਥਾ ਵੱਜਦਾ ਗਾ, ਹੈ ਦੇਖ ਸਟੀਆਂ ਤੁਹਾਡੇ ਕੋਲ ਪਈਆਂ ਨੇ, ਸੁੱਕੀਆਂ ਹੋ ਪਈਆਂ ਨੇ, ਇੱਕ ਸੀਖ ਵੀ ਨਹੀਂ ਤੁਸੀਂ ਕਸਾ ਸਕਦੇ, ਮੇਰਾ ਰਹੇ ਜੇ ਤੁਸੀਂ ਕੰਮ ਕਰੋਗੇ। ਚੱਲ ਕੋਈ ਨਾ, ਇਹਨਾਂ ਗੱਲਾਂ ਤੂੰ ਕਹਿੰਦਾ, ਇਹ ਕਹਿੰਦਾ ਕਿ ਬਾਪੂ ਨੂੰ ਕਿਉਂ ਇੱਥੇ ਲਿਆਂਦਾ? ਉਹ ਬਸ ਬਾਪੂ ਇਹਨੂੰ ਕਹਿੰਦਾ ਹੈ ਨਾ, ਵੀ ਬਾਪੂ ਕੰਮ ਨੂੰ ਕਹੂਗਾ। ਸਹੀ ਗੱਲ ਹੈ, ਉਹਨੂੰ ਕੰਮ ਨੂੰ ਲਿਆਉਣਾ ਤੇ ਉਹ ਤੂੰ ਹੀ ਜਾ ਕੇ ਆਥਣੇ ਕਰ ਲੰਘ ਜਾਏਗਾ, ਹਾਏ ਜਿੱਤੇ ਮੇਰਾ ਦਮ ਪਟੇਗਾ, ਹਾਏ ਜਿੱਤੇ ਮੇਰਾ ਦਮ। ਇੱਥੇ ਕਿਹੜਾ ਫਿਰ ਗਰਦ ਆਉਂਦੀ ਹੈ, ਅੱਜ ਤਾਂ ਹਵਾ ਵੀ ਇੱਧਰਲੀ ਚੱਲਦੀ ਹੈਗੀ, ਪਰੇ ਨੂੰ ਜਾਂਦੀ ਹੈ। ਕੈਸੀ ਵਧੀਆ ਹਵਾ ਚੱਲਦੀ ਹੈ, ਹੈ ਵਧੀਆ ਉਰੇ ਸੌ ਹੈਗੀ ਡੇਕਾਂ ਦੀ, ਉੱਥੇ ਘੁੱਟਣ ਮਹਿਸੂਸ ਹੁੰਦੀ ਹੈ, ਬੁੜੀਆਂ ਦੇਖ ਲੈ ਉਹ ਆਪਦੀਆਂ ਲੱਗੇ ਰਹਿੰਦੇ ਨੇ, ਮੇਰੇ ਤਾਂ ਕੋਈ ਆ ਕੇ ਨਹੀਂ ਪੈਂਦਾ। ਸਹੀ ਗੱਲ ਆ ਉਹ, ਚੱਲ ਕੋਈ ਗੱਲ ਨਹੀਂ ਹਰਜੀਤ, ਇੱਥੇ ਖੇਤ ਨਾਲੇ ਗੇੜਾ ਮਾਰ ਗਿਆ ਬਾਪੂ, ਨਾਲੇ ਇਹਦੀ ਰੂਹ ਖੁਸ਼ ਹੋ ਜਾਂਦੀ ਹੈ। ਉਹੀ ਗੱਲ ਫਿਰ ਬਾਪੂ, ਹੁਣ ਟੋਕ ਟਕਾਈ ਨਾਲ ਨਹੀਂ ਕੋਈ ਜਵਾਕ ਕੰਮ ਕਰਦਾ, ਮੈਂ ਤੁਹਾਨੂੰ ਦੱਸਾਂ ਗੁੱਸਾ ਮੰਨਦਾ ਹੈਗਾ, ਅੱਗੇ ਗੱਲਾਂ ਕੁਛ ਹੋਰ ਸੀ। ਮੈਂ ਇੱਕ ਚੀਜ਼ ਹੋਰ ਦੇਖੀ ਆ, ਚਲੋ ਉਹ ਤਾਂ ਠੀਕ ਆ ਜਿਹੜਾ ਕੁਛ ਹੋ ਗਿਆ, ਇੱਥੇ ਤੁਸੀਂ ਬਾੜੀ ਕਾਹਤੋਂ ਨਹੀਂ ਲਾਈ ਬਈ? ਬਾੜੀ ਵਾਸਤੇ ਥਾਂ ਤਿਆਰ ਕਰਦੇ ਆ ਇਹ ਬਾਪੂ। ਅੱਛਾ, ਮੈਂ ਹੀ ਦੇਖੀ ਜਾਂਦਾ ਮਹਾ ਵੀ ਥੋਂ ਅਸੀਂ ਛੱਡ ਜੇ ਰੱਖਿਆ ਹੈਗਾ, ਖਰਾਬ ਜਿਹਾ ਕਰੀ ਜਾਂਦੇ ਨੇ ਵੀ ਤੁਸੀਂ ਕੋਈ ਸਬਜ਼ੀ ਹੋ ਜੂ ਕੱਦੂ ਕਰੇਲਿਆਂ ਦੇ ਬੀਜ ਚਾਰ ਦੱਬ ਦੋ, ਹੈ ਹਾਂ, ਨਾਲੇ ਸਮਾਂ ਦੀ ਇੱਥੇ ਹੋ ਵਧੀਆ ਕਿਉਂਕਿ ਰੇਹ ਬਣ ਗਈ ਇਹਦੀ ਸੜੀਆਂ ਦੀ। ਮੈਂ ਤਾਂ ਤੁਹਾਨੂੰ ਆਪ ਅਸੀਂ ਕਹਿੰਦਾ ਸੀ ਮੁੱਲ ਦੀ ਸਬਜ਼ੀ ਭਾਈ ਰੋਜ਼ ਰੇਹਾਂ ਸਪਰੇ ਬਾਪੂ ਹੈ। ਮੈਂ ਇੱਕ ਗੱਲ ਕਹਿੰਦਾ ਸੀ ਤੈਨੂੰ, ਹਾਂ ਚਾਚੀ ਵਰਗੇ ਨਹੀਂ ਦੇਖੇ ਕੱਲ ਦੇ? ਹਾਂ ਮੈਂ ਵੀ ਨਹੀਂ ਦੇਖਿਆ ਹੈਗਾ, ਮੈਨੂੰ ਆਇਆ ਤੀ ਮਹਲ ਹੈ, ਮੈਂ ਤਾਂ ਘਰੋਂ ਬਾਹਰ ਜਾਂਦਾ ਘੱਟ, ਉਹ ਆਇਆ ਵੀ ਕਿਹੜਾ ਛੇੜਾ ਕਦੇ ਨਾ ਕਦੇ ਮਾਰ ਲੈਂਦਾ ਤੀ ਮੇਰੇ ਕੋਲ। ਨਹੀਂ ਖੇਤ ਆਇਆ ਉਹ, ਆਇਆ ਨੀ ਖੇਤ, ਫੇਰ ਕਿੱਧਰ ਵਗ ਗਿਆ ਉਹ? ਪਤਾ ਨੀ ਭਾਈ, ਮੈਂ ਤਾਂ ਆਪ ਨੀ ਦੇਖਿਆ ਦੋ ਦਿਨਾਂ ਦਾ। ਖੈਰ ਸੁੱਖ ਤਾਂ ਹੈਗੀ ਉਹਨਾਂ ਦੇ ਘਰੇ, ਸਹੀ ਗੱਲ ਆ, ਉਹ ਪਤਾ ਕਰਨਾ ਚਾਹੀਦਾ ਹੈ ਨਾ। ਹਾਂ ਐ ਆ ਵੀ ਚਲੋ ਕਰਦਾ ਵਿਚਾਰਾ ਆਪਣਾ ਤਾਂ, ਹਾਂ ਪੁੱਛਣ ਦਾ ਤਾਂ ਹੱਕ ਬਣਦਾ, ਜੇ ਕਿਸੇ ਚੀਜ਼ ਦੀ ਲੋੜ ਆ ਫਿਰ ਤਾਂ। ਮੈਂ ਗਿਆ ਸੀ ਘਰੇ ਵੀ ਹੈ ਨਹੀਂ ਸੀ, ਮੈਂ ਘਰ ਮੈਂ ਚਾਚੇ ਨੂੰ ਪੁੱਛਣ ਗਿਆ ਸੀ ਵੀ ਸਾਡੀਆਂ ਸਟੀਆਂ ਪਟਾ ਦੇ, ਉਹ ਕਹਿੰਦਾ ਮੈਂ ਇਹਨੂੰ ਕੰਮ ਆ, ਮੈਨੂੰ ਲਾਰਾ ਵਾਲਾ ਰਾਜਾ ਲਾ ਕੇ ਤੋਰਤਾ ਚਾਚੇ, ਮੈਨੂੰ ਬਾਬਾ ਦੇ ਛਾਣੀ। ਉਹ ਕਰਮਾ ਕਿਹੜਾ ਕੰਮ ਵਾਲਾ ਯਾਰ, ਉਹ ਤਾਂ ਫਿਰ ਉਹੀ ਤੇ ਆ ਕਹਿਣਾ ਗੱਲਾਂ ਮਾਰ ਕੇ ਮੁੰਡਣ ਵਾਲਾ। ਓਏ ਅਸਲੀ ਭਾਈ ਹੁਣ ਬੀੜੀ ਬੂੜੀ ਦੇ ਕੰਮ ਹੀ ਖਤਮ ਹੋ ਚੱਲੇ, ਹੁਣ ਨਹੀਂ ਅਗਲਾ ਆਉਂਦਾ ਹਨਾ। ਦਾ ਭਾਈ ਆਪਾਂ ਤਾਂ ਬਣਦਾ ਕਿਸੇ ਦੇ ਜਾ ਕੇ, ਹੁਣ ਤਾਂ ਸਾਡੇ ਵੇਲੇ ਹੁੰਦਾ ਤੇ ਜਿੱਤਿਆ, ਹੈ 15-15 ਘਰਾਂ ਦੀਆਂ ਬੀੜੀਆਂ ਚੱਲਦੀਆਂ, ਅਸੀਂ ਟਾਈਮ ਲੰਘ ਜਾਂਦਾ। ਬਾਪੂ ਉਦੋਂ ਸਾਧਨ ਨਹੀਂ ਸੀ ਕੋਈ, ਤਾਂ ਬੀੜੀਆਂ ਕਰਨੀਆਂ ਪੈਂਦੀਆਂ, ਹੁਣ ਤਾਂ ਸਾਧਨ ਨੇ ਹਰੇਕ ਕੋਲੇ, ਉਹ ਗੱਲ ਕਿਰਪੈਨ ਆਉਂਦੀ ਆ ਮਿੰਟ 'ਚ ਵੱਢ ਗਿਆ ਲੱਥੂ, ਪਹਿਲਾਂ ਹੋ ਜਾਂਦਾ ਕਿ ਤੂੜੀ ਦੂਜਾ ਮੰਨ ਕੇ 15-15 ਦਿਨ ਤਾਂ ਤੂੜੀ ਚੱਕੀਆਂ ਦੇ। ਐਂ ਕਰ ਹੁਣ, ਜਾਂ ਉਹਨਾਂ ਨੂੰ ਵੀ ਕਹਿ ਦੇ, ਕਹਦੇ ਭਾਈ ਆ ਕੇ ਚਾਹ ਪੀ ਲਓ ਤੇ ਫਿਰ ਕਹਦੇ ਕੰਮ ਨਿਬੇੜੋ ਪਰੇ। ਉਹਨਾਂ ਨੂੰ ਚਾਹ 'ਚ ਪਿਆ ਦੇ, ਤੂੰ ਉਹਨਾਂ ਨਾਲ ਗੱਲਾਂ ਨਾ ਮਾਰ, ਹੈ ਉਹ ਤਾਂ ਪਹਿਲੇ ਨਹੀਂ ਡੱਕਾ ਤੋੜ ਕੇ ਰਾਜ। ਚੱਲ ਕੋਈ ਨਾ ਬਾਪੂ, ਕਰੀ ਜਾਂਦੇ ਨੇ ਇੰਨਾ ਤਾਂ, ਹੁਣ ਥੋੜ੍ਹਾ ਜਿਹਾ ਕੰਮ ਆ, ਇੱਕ ਟਰਾਲੀ ਫੁੱਫੜ ਨੂੰ ਭਰ ਕੇ ਤੋੜ ਦਾਂਗੇ, ਇੱਕ ਮਿੰਟ 'ਚ ਪੱਟ ਦਾਂਗੇ। ਕੰਮ ਤਾਂ ਥੋੜ੍ਹਾ ਹੀ, ਉਹ ਤਾਂ ਆਪਾਂ ਨੂੰ ਵੀ ਪਤਾ ਹੈ, ਇਹ ਤਾਂ ਤੇਰਾ ਸਾਰਾ ਦਿਨ ਉਰੀ ਲਾ ਦੇਣਗੇ। ਚੱਲ ਫੇਰ ਕੀ ਹੁੰਦਾ ਗਾ, ਮਾੜਾ ਮੋਟਾ ਕੋਈ ਹੋਰ ਕਰ ਲਿਓ ਕੰਮ। ਚੱਲ ਚੰਗਾ, ਮੈਂ ਜਾਂਦਾ ਫਿਰ ਉਹਨਾਂ ਨੂੰ ਕਹਿ ਦਿੰਦਾ ਗਾ, ਕਹਿੰਦੇ ਉਹਨਾਂ ਨੂੰ ਫਿਰ ਆਪੀ ਅਗਲੇ ਇੱਕਣਗੇ, ਆ ਪੀ ਲਈ ਸਾਨੂੰ ਪਿਆ ਹੀ ਨਹੀਂ। ਉਹੀ ਆਇਆ ਪੁੱਤਾ, ਇਹ ਤਾਂ ਫਿਰ ਨਿਆਣੇ ਵਾਲੀ ਗੱਲ ਵਰਤਦਾ। ਹਾਂ ਹਾਂ, ਤੂੰ ਮਾੜਾ ਜਿਹਾ ਨਾਲ ਲੱਗ ਕੇ ਕਰਾ ਦੇ। ਕੋਈ ਗੱਲ ਨਹੀਂ, ਕੋਈ ਨਹੀਂ ਬਾਪੂ, ਮੈਂ ਲੱਗਦਾ ਬਸ। ਕਹਿੰਦੇ ਚਾਹ ਪੀ ਲੈਣ, ਹਾਂ ਪੀ ਲੈਣ ਦੇ ਉਹਨਾਂ ਨੂੰ ਚਾਹ, ਫਿਰ ਲੱਗ ਜਾਂਦੇ ਆ। ਹਰਪ੍ਰੀਤ ਲੈ ਆ ਮਨਾ ਗਈ ਕੁੜੇ, ਮੱਥਾ ਟੇਕਦੇ ਮਸੀ, ਜਿਉਂਦੀ ਰਹਿ ਪੁੱਤ, ਹੋ ਠੀਕ ਹੈ? ਹਾਂ ਠੀਕ ਆ, ਵਧੀਆ। ਕੀ ਗੱਲ ਕੋਈ ਘਰੇ ਦੀ ਨਹੀਂ ਲੀ, ਨਾ ਭਾਬੀ ਨਾ ਚਾਚੀ, ਜੇ ਘਰੇ ਹੋਣਗੇ ਪੁੱਤ ਤਾਂ ਹੀ ਦਿਸਣਗੇ, ਜਦੋਂ ਘਰੇ ਕੋਈ ਹੈ ਹੀ ਨਹੀਂ, ਕੱਲੀ ਮਾਸੀ ਦੀ, ਤੈਨੂੰ ਮਾਸੀ ਦਿਸਗੀ। ਓਹੋ, ਕਿੱਧਰ ਆ ਗਏ ਸਾਰੇ? ਉਹ ਤਾਂ ਤੈਨੂੰ ਪਤਾ ਹੀ ਹਰਪ੍ਰੀਤ, ਤਾਂ ਥੋੜ੍ਹਾ ਜਿਹਾ ਸਮਾਨ ਜਿਹਾ ਲੈਣਾ ਸੀ, ਉਹ ਬਾਜ਼ਾਰ 'ਚ ਗਈ ਹੈ ਕਰਮੇ ਨਾਲ। ਅੱਛਾ ਅੱਛਾ, ਠੀਕ ਹੈ। ਅਤੇ ਚਾਚੀ? ਚਾਚੀ ਤਾਂ ਭਾਈ ਕਰਮੇ ਦੇ ਵਿਆਹ ਦੀ ਸੁੱਖ ਸੱਖ ਦੇਣੀ ਹੋਣੀ, ਇਹਨਾਂ ਨੇ ਸੁੱਖੀ ਹੋਣੀ।
ਉੱਥੇ ਸੁੱਖ ਦੇਣ ਗਏ ਨੇ, ਚੌਂਕੀ ਭਰਨ ਗਏ ਨੇ, ਸਮਾਂ ਮੈਨੂੰ ਬੰਨ ਕੇ ਬਿਠਾ ਗਏ। ਮੈਨੂੰ ਤਾਂ ਐਂ ਤੀ ਵੀ ਚੱਲ ਮੈਂ ਵਗ ਜੂ ਛੇਤੀ, ਉਹੀ ਉਹਨਾਂ ਦੇ ਮੈਂ ਉਡੀਕਦੀਆਂ ਜੇ ਆਉਣਗੇ ਤਾਂ ਮੈਂ ਜਾਊਂਗੀ। ਅੱਛਾ ਕਦੋਂ ਗਏ ਨੇ? ਉਹ ਤਾਂ ਕੱਲ੍ਹ ਦੇ ਜਾ ਰਹੇ ਨੇ। ਅੱਛਾ ਤਾਂ ਹੀ ਮੈਂ ਸੋਚਿਆ, ਮੈਂ ਕਿਹਾ ਚਾਚੀ ਨੇ ਸਾਡੇ ਘਰੇ ਗੇੜਾ ਕਾਹਤੋਂ ਨਹੀਂ ਮਾਰਿਆ, ਤਾਂ ਅਸੀਂ ਨਹੀਂ ਆਈ ਹੈਗੀ, ਨਾ ਭਾਬੀ ਦੇਖੀ ਮੈਂ, ਨਾ ਚਾਚੀ ਦੇਖੀ। ਮੈਂ ਕਿਹਾ ਚੱਲ ਮੈਂ ਜਾ ਕੇ ਆਉਣੀ ਹਾਂ। ਹੋਰ ਮੈਂ ਤਾਂ ਬੰਨੀ ਬੈਠੀ ਹਾਂ ਸਮਾਂ, ਮੈਨੂੰ ਆਇਆ ਵੀ ਜੇ ਉਹ ਆਉਣ ਤਾਂ ਮੈਂ ਜਾਵਾਂ, ਭਾਈ ਮੇਰੇ ਵੀ ਮਗਰ ਸਰਦਾ ਨਹੀਂ। ਇੱਕ ਉਹ ਤੈਨੂੰ ਪਤਾ ਹੀ ਹੈ ਜੈਸਮੀਨ ਹੁਣ ਸਕੂਲ ਵੱਗ ਗਈ, ਉਹ ਵੀ ਨਹੀਂ ਜਾਣ ਦਿੰਦੀ ਮੈਨੂੰ ਤਾਂ। ਉਹ ਫਿਰ ਉਹਦਾ ਮੋਹ ਆ ਜਵਾਕੜੀ ਦਾ ਤੁਹਾਡੇ 'ਚ, ਹੁਣ ਤੁਹਾਡੇ ਹੱਥੀਂ ਤਾਂ ਪਲੀ ਹੈਗੀ, ਕਿੱਥੋਂ ਫਿਰ ਜਵਾਕ ਦਾ ਜੀ ਲੱਗਦਾ ਗਾ। ਨਾਲੇ ਫਿਰ ਤਾਂ ਐਂ ਦੱਸ ਜਾ ਕੇ ਕੀ ਕਰਨਾ, ਵਧੀਆ ਬੈਠੀ ਰਹਿਣਾ ਤੇਰੀ ਧੀ ਦਾ ਜੀ ਲੱਗਿਆ 4 ਦਿਨ? ਬੈਠੀ ਤਾਂ ਰਹੂੰਗੀ ਪੁੱਤ, ਤੈਨੂੰ ਪਤਾ ਹੀ ਹੈ ਪਿਛਲੀਆਂ ਗੱਲਾਂ ਯਾਦ ਆ ਜਾਂਦੀਆਂ ਨੇ। ਕੁੜੀ ਨੂੰ ਛੱਡ ਕੇ ਜਾਣ ਨੂੰ ਮੇਰਾ ਜੀ ਨਹੀਂ ਕਰਦਾ, ਉਹ ਕਲੇਸੀ ਕਲੇਸ਼ ਕਰਦਾ ਤੀ। ਛੋਟੀ ਜਿਹੀ ਹੁੰਦੀ ਨੂੰ ਮੈਂ ਚੱਕ ਲਈ ਤੀ, ਸੀਸੀ 'ਤੇ ਪਾਲੀ ਤੀ ਜਵਾਕੜੀ ਦੁੱਖਾਂ ਨਾਲ, ਉਹਨੇ ਵੀ ਦੁੱਖ ਕੱਟੇ ਮਾਂ ਬਿਨਾਂ, ਮੈਂ ਵੀ ਕੱਟੇ, ਉਹਨੇ ਵੀ ਮਾਂ ਵਾਲਾ ਪਿਆਰ ਮੈਨੂੰ ਦਿੱਤਾ, ਮੈਂ ਉਹਨੂੰ ਦਿੱਤਾ ਧੀ ਵਾਲਾ। ਚੱਲ ਕੋਈ ਨਹੀਂ, ਫਿਰ ਹੁਣ ਮਾਸੀ ਕੀ ਕਰੀਏ, ਹੈ ਵਕਤ ਦੇ ਨਾਲ ਬੰਦੇ ਹੁਣ ਮੇਰਾ ਖਹਿੜਾ ਨਹੀਂ ਛੱਡਦੀ। ਖਹਿੜਾ ਕਿੱਥੋਂ ਛੱਡੇ ਫਿਰ, ਜਦੋਂ ਮਾਂ ਵਾਲਾ ਪਿਆਰ ਹੀ ਤੇਰੇ 'ਚੋਂ ਮਿਲਿਆ ਗਾ। ਚੱਲ ਜਵਾਕੜੀ ਦੇ ਦਿਨ ਸਿੱਧੇ ਆ ਗਏ ਉਹਦੇ ਵੀ, ਉਹੀ ਗੱਲ ਹੈ ਪਹਿਲਾਂ ਮੈਨੂੰ ਤਾਂ ਆਪ ਫਿਕਰ ਹੋ ਗਿਆ ਸੀ ਜਵਾਕੜੀ ਦਾ, ਮੈਂ ਕਿਹਾ ਲੈ ਚਾਚੀ ਵੀ ਐਂ ਲੱਗ ਗਈ ਕਰਨ, ਉਹ ਤਾਂ ਪਹਿਲਾਂ ਮੈਂ ਕਿਹਾ ਕਰਮਾਂ ਦੀ ਮਾਰੀ ਹੈਗਾ, ਹਾਂ ਉਹ ਇਹ ਇਹੋ ਜਿਹੀ ਟੱਕਰ ਗਈ, ਉਹ ਪਰਮਾਤਮਾ ਦਾ ਸ਼ੁਕਰ ਹੈ। ਬਥੇਰੀਆਂ ਕਰਨਾ ਲਿਆ, ਬਥੇਰੀਆਂ ਕਰੀਆਂ ਨੇ ਪੁੱਤ, ਦੇਸ਼ ਦੀਆਂ ਕਰੀਆਂ ਨੇ। ਉਹ ਤਾਂ ਮੇਰੀ ਧੀ ਤਕੜੀ ਤੀ ਜਿਹੜੀ ਚੱਲ ਗਈ, ਫਿਰ ਸਾਨੂੰ ਨੀਵੇਂ ਹੋ ਕੇ ਕੱਟਣਾ ਪੈ ਗਿਆ, ਦੂਏ ਥਾਂ ਮੈਂ ਕਰਿਆ ਤੀ। ਤੈਨੂੰ ਪਤਾ ਹੀ ਹੈ ਰੋਜ਼ ਰੋਜ਼ ਤਾਂ ਸਿਆਣੇ ਕਹਿੰਦੇ ਹੁੰਦੇ ਨੇ ਖਸਮ ਨਹੀਂ ਕਰਾਏ ਜਾਂਦੇ, ਹੈਂ ਖਸਮ ਤਾਂ ਇੱਕੋ ਹੀ ਨਹੀਂ ਮਾਨ। ਹਾਂ ਜਦੋਂ ਫਿਰ ਮੁਸੀਬਤਾਂ ਪੈ ਜਾਣ ਭਾਈ ਫਿਰ ਆਪੀ ਕਰਨਾ ਪੈਂਦਾ, ਜੇ ਹੁਣ ਉਹ ਕੰਜਰ ਨਿਕਲ ਗਿਆ ਉਹੀ ਗੱਲ ਹੈ, ਪੀ ਦਾਰੂਆਂ ਮਰ ਗਿਆ ਤਾਂ ਦੁਬਾਰੇ ਕਰਨਾ ਪੈ ਗਿਆ, ਨਹੀਂ ਜਿੰਨਾ ਚਿਰ ਹੁੰਦਾ ਚੱਲ ਚਾਹੇ ਅਖੇ ਨਸ਼ੇੜੀ ਹੈ ਕਿਵੇਂ ਮਰਜ਼ੀ ਹੈਗੀ, ਤੀਵੀਂ ਤਾਂ ਫਿਰ ਕੱਟਦੀ ਹੈਗੀ ਜਿੰਨਾ ਚਿਰ ਕੱਟਿਆ ਜਾਂਦਾ ਭਾਈ। ਲੈ ਹੋਰ ਉਸ ਇਹਦੀ ਸੱਸ ਦਾ ਸੁਭਾਅ ਥੋੜ੍ਹਾ ਜਿਹਾ ਬਸ ਅਮਨ, ਹੁਣ ਮੈਂ ਕਹਿ ਨਹੀਂ ਸਕਦੀ, ਟਾਈਮ ਲੰਘ ਗਿਆ ਜਿਹੜਾ ਹੈਗਾ ਤੀ ਮਾੜਾ, ਵੀ ਥੋੜ੍ਹਾ ਜਿਹਾ ਭਾਈ ਸੁਭਾਅ ਥੋੜ੍ਹਾ ਜਿਹਾ ਬਸ ਹੋਰ ਰੋਟਦਾ ਜਾਏ। ਉਹ ਫਿਰ ਸੱਸ ਕੌਣ ਆਖੇ, ਸੱਸਾਂ ਤਾਂ ਸੱਸਾਂ ਹੀ ਹੁੰਦੀਆਂ ਨੇ। ਚੱਲ ਪਰਮਾਤਮਾ ਨੇ ਭਾਈ ਹੁਣ ਦਿਨ ਸਿੱਧੇ ਲਿਆ, ਤੇ ਚੱਲ ਸਾਡਾ ਮੁੰਡਾ ਤਾਂ ਭਾਈ ਬਥੇਰਾ ਨਰਮ ਹੈ, ਦੇਖ ਕਰਮਾ ਉਹ ਤਾਂ ਬਥੇਰਾ ਨਰਮ ਹੈ, ਮਸਾਂ ਮੇਰੀ ਦੋਤੀ ਦਾ ਪਿਆਰ ਕਰਨ ਲੱਗੀ ਹੈ। ਕਹਿੰਦੀ ਮੈਂ ਤੈਨੂੰ ਰੱਖਦੀ ਉਹ ਨਹੀਂ, ਮੈਂ ਤਾਂ ਭਲਾ ਐਂ ਦੱਸ ਮੈਨੂੰ ਅੱਗੇ ਵੇਲ ਤੋਂ ਚੂਣਾ ਟੁੱਟੂਗਾ ਅੱਗੇ ਤਾਂ ਰਸ ਨਿਕਲੂਗਾ, ਮੈਂ ਭਲਾ ਮੇਰੀ ਦੋਤੀ ਨੂੰ ਕਿਵੇਂ ਲੈ ਜਾਂ, ਮਾਂ ਕੋਲ ਹੀ ਰਹੂਗੀ ਭਾਈ, ਮਾਂ ਨਾਲ ਤਾਂ ਵੱਖ ਕਿਵੇਂ ਰਹੇ, ਮਾਂ ਨਾਲ ਵੱਖ ਮੈਂ ਕਿਵੇਂ ਕਰ ਲਿਆ। ਉਹ ਤਾਂ ਮੋਹ ਹੀ ਇੰਨਾ ਲੈਂਦੀ ਹੈ, ਡੁੱਬ ਜਾਣੀ ਆ ਜਾਂਦੀ ਹੈ ਸਾਡੇ ਘਰੇ ਕਈ ਵਾਰ, ਤੁਰੀ ਆਉਂਦੀ ਨੂੰ ਮੈਂ ਬੁਲਾ ਲੈਂਦੀ ਹੁੰਦੀ ਹੈਗੀ, ਉਹ ਤਾਂ ਬਾਹਲਾ ਹੀ ਪਿਆਰ ਨਾਲ ਬੋਲਦੀ ਹੈਗੀ, ਮੈਨੂੰ ਤਾਂ ਬੜਾ ਹੀ ਮੋਹ ਆਉਂਦਾ ਉਹਦਾ। ਬੜੇ ਦੁੱਖ ਕੱਟੇ ਨੇ ਮੇਰੀ ਧੀ ਨੇ, ਬਹੁਤ ਦੁੱਖ ਕੱਟੇ ਨੇ, ਦੁੱਖਾਂ ਵਿੱਚ ਦੀ ਨੰਗੀ ਹੈ, ਤਾਂ ਜਵਾਕੜੀ ਪਲੀ ਹੈ, ਤਾਂ ਆਪਦੇ ਹੱਥ 'ਚ ਜਵਾਕੜੀ ਮਸਾਂ ਲੈਤੀ ਹੈ। ਚੱਲ ਕੋਈ ਨਹੀਂ ਭਾਈ, ਆ 4 ਜਮਾਤਾਂ ਪੜ੍ਹ ਜੂਗੀ, ਕੋਈ ਨੌਕਰੀ ਨੌਕਰੀ ਮਿਲ ਜੂਗੀ, ਵਧੀਆ ਇਹਨੂੰ ਕਹਾਂਗੇ ਕਰਮੇ ਨੂੰ ਵੀ ਭਾਈ ਕੋਰਸ ਕੂਰਸ ਕਰਾ ਦੇ ਕੋਈ, ਜਵਾਕੜੀ ਚੱਲ ਆਪਦੇ ਪੈਰਾਂ ਸਿਰ ਹੋ ਜੂਗੀ। ਚੱਲ ਪੁੱਤ ਜਿਹੀ ਜੀ ਕਿਸਮਤ ਹੈ, ਉਹੀ ਜਿਹਾ ਕਿ ਮੂਹਰੇ ਚੱਲ ਜੂਗਾ ਕੰਮ, ਜਿਹੋ ਜਿਹੇ ਕਰਮ ਨੇ ਉਹਦੇ। ਗੱਲ ਤਾਂ ਅਸੀਂ ਕਰਮਾਂ 'ਤੇ ਆ, ਗੱਲ ਤਾਂ ਕਰਮਾਂ 'ਤੇ ਹੈ, ਕਿਤੇ ਮਾਂ ਵਰਗੀ ਕਿਸਮਤ ਨਾ ਨਿਕਲ ਜੇ, ਬਥੇਰਾ ਡਰਦੀ ਹਾਂ। ਅਸੀਂ ਤਾਂ ਕਹਿੰਦੀ ਹਾਂ ਅੱਕ ਕੇ ਕਹਿੰਦੀ ਹਾਂ ਵੀ ਧੀਆਂ ਤਾਂ ਕਿਸੇ ਦੇ ਹੋਣ ਨਾ, ਜਿਵੇਂ ਮੈਂ ਤਾਂ ਆਏ ਕਾਹਨੂੰ ਕਹਿਣੀ ਹੁੰਦੀ ਹੈਗੀ, ਧੀਆਂ ਵੀ ਰੱਬ ਉਹਨੂੰ ਦਿੰਦਾ ਗਾ ਜਿਹਦੇ ਕੋਈ ਕਰਮ ਚੰਗੇ ਹੁੰਦੇ ਨੇ। ਚੱਲ ਕੋਈ ਗੱਲ ਨਹੀਂ, ਐਂ ਤਾਂ ਹੁਣ ਦੁੱਖ ਸੁੱਖ ਜ਼ਿੰਦਗੀ 'ਚ ਆਉਂਦੇ ਰਹਿੰਦੇ ਨੇ, ਭਾਬੀ ਹੁਣ ਤਾਂ ਬਥੇਰੀ ਸੌਖੀ ਹੈ ਸੁੱਖ ਨਾਲ, ਚੱਲ ਕੋਈ ਨਹੀਂ, ਜਿਹੜਾ ਦੁੱਖ ਸੀਗਾ ਪਿਛਲਾ ਕੱਟਿਆ ਗਿਆ। ਹਾਂ ਉਹ ਤਾਂ ਖੈਰ ਤੇਰੀ ਗੱਲ ਠੀਕ ਹੈ, ਪਿਛਲਾ ਟਾਈਮ ਦੀ ਜਿਹੜਾ ਲੰਘ ਗਿਆ, ਹੁਣ ਤਾਂ ਸੁੱਖ ਦੇ ਦਿਨ ਆਏ ਹੋਏ ਨੇ, ਹੁਣ ਤਾਂ ਮੈਨੂੰ ਵੀ ਵਧੀਆ ਬੋਲਦੀ ਹੈ, ਪਹਿਲਾਂ ਤਾਂ ਮੈਨੂੰ ਵੀ ਆਈ ਨੂੰ ਪਾੜ ਪਾੜ ਖਾਂਦੀ। ਚੱਲ ਕੋਈ ਨਹੀਂ, ਐਂ ਚਾਚੀ ਮਾੜੀ ਨਹੀਂ ਹੈਗੀ ਕਿ ਬਸ, ਤੈਨੂੰ ਪਤਾ ਗਾ ਮੂੰਹ ਦੀ ਬੜਬੋਲੀ ਹੈ, ਚਿੱਤ 'ਚ ਕੁਛ ਨਹੀਂ ਨਾ। ਚੱਲ ਉਸੇ ਲਈ ਤਾਂ ਆ ਗਈ, ਫਿਰ ਵੀ ਠੀਕ ਹੈ, ਇਹਨਾਂ ਦਾ ਘਰ ਵਸ ਗਿਆ, ਨਹੀਂ ਖਾਨੀ ਕੀ ਪਵਾੜੇ ਪੈਂਦੇ, ਮੈਂ ਆਪਦੀ ਨੂੰ ਲਿਜਾਉਂਦੀ ਖਾਨੀ ਰੱਖਦੀ, ਖਬਰ ਹੈ ਕੀ ਕੁਛ ਬਣਦਾ ਜੇ ਆਹੀ ਕੰਮ ਚੱਲੀ ਜਾਂਦਾ। ਨਾ ਭਾਈ, ਐਂ ਤਾਂ ਕਿੱਥੇ ਲੋਟ ਆਉਂਦਾ ਹੁੰਦਾ, ਨਾਲੇ ਐਂ ਕਿੱਥੋਂ ਤੋਰੀਆਂ ਜਾਂਦੀਆਂ ਨੇ, ਹੁਣ ਸੁੱਖ ਨਾਲ ਸਿਹ ਰਹਿਣਾ, ਵਿਆਹ ਕੇ ਲਿਆਈ ਸੀ, ਐਂ ਕਿਹੜਾ ਕੋਈ ਕੱਟੇ ਵਸੇ ਦਾ ਹੋਵਾਗਾ ਵੀ ਭਾਈ, ਰੱਸਾ ਜਦੋਂ ਲਾਤਾ ਤੇ ਬੰਦਾ ਐਂ ਤੁਰ ਜੂਗਾ। ਚੱਲ ਕੋਈ ਨਹੀਂ ਮਾਸੀ, ਲੈ ਫਿਰ ਚੰਗਾ, ਮੈਂ ਤਾਂ ਚੱਲਦੀ ਹਾਂ, ਮੈਂ ਤਾਂ ਹੀ ਆਈ ਸੀ, ਮੈਂ ਕਿਹਾ ਚੱਲ ਮੈਂ ਚਾਚੀ ਕੋਲ ਜਾ ਕੇ ਆਉਣੀ ਹਾਂ, ਮਾੜਾ ਜਿਹਾ ਮੈਨੂੰ ਕੰਮ ਸੀ। ਉਹ ਤਾਂ ਮੈਂ ਚਾਹ ਬਣਾ ਦੇਣੀ ਤੈਨੂੰ ਘੁੱਟ। ਲੈ ਮਾਸੀ, ਚਾਹ ਦੀ ਕੀ ਗੱਲ ਆ, ਹੁਣ ਤਾਂ ਮੈਂ ਚਾਹ ਪੀ ਕੇ ਆਈ ਹੈਗੀ ਅਤੇ ਰੋਟੀ ਬਣਾਉਣੀ ਆ, ਹਜੇ ਅਸੀਂ ਤਾਂ ਖੇਤ ਵਾਲਿਆਂ ਦੀ ਫੜਾ ਕੇ ਆਉਣੀ ਆ ਰੋਟੀ, ਮੈਂ ਉਹੀ ਬਸ ਖੜੀ ਖੜੀ ਇੱਧਰ ਨੂੰ ਆ ਗਈ, ਮੈਂ ਕਿਹਾ ਮੈਂ ਦੇਖ ਕੇ ਆਉਣੀ ਆ ਚਾਚੀ ਵਰਗੀਆਂ, ਕੱਲ੍ਹ ਦੀਆਂ ਆਈਆਂ ਨਹੀਂ, ਤੂੰ ਆ ਜਾ ਮਾਸੀ ਮੇਰੇ ਨਾਲ ਇਕੱਲੀ ਬੈਠੀਆਂ ਘਰੇ। ਹੋਰ ਫਿਰ ਆਉਣਾ ਹੀ ਪਊਗਾ ਜਦੋਂ ਇੱਧਰ ਕੋਈ ਹੈ ਨਹੀਂ। ਆ ਜਾ ਸਭ ਤੂੰ ਮਗ ਚੱਲ, ਨਾਲੇ ਰੋਟੀ ਬਣਾਉਣੀਆਂ ਰੋਟੀ। ਮੈਂ ਆ ਜੂੰਗੀ, ਤੂੰ ਚੱਲ। ਚੱਲ ਕੋਈ ਨਹੀਂ, ਫਿਰ ਤੇਰੀ ਮਰਜ਼ੀ, ਮੈਂ ਤਾਂ ਕਹਿੰਦੀ ਸੀ ਨਾਲ ਹੀ ਵਗ ਚੱਲ। ਕੋਈ ਨਹੀਂ ਕੋਈ ਨਹੀਂ, ਮਾਰੂੰਗੀ ਗੇੜਾ ਮੈਂ, ਤੂੰ ਚੱਲ। ਹੋਰ ਆ ਜਾਓ, ਭਾਬੀ ਨੂੰ ਕਹਿ ਦੀ ਆ ਜੂਗੀ। ਕੋਈ ਨਹੀਂ, ਕਹਿ ਦੂੰਗੀ। ਚੰਗਾ।
ਤੜਕਦੀ ਹਾਂ ਮੈਂ ਕਹਿੰਦੀ ਸੀ ਤੇਰੇ ਭੂਆ ਨੂੰ ਆਵਾਜ਼ ਮਾਰ ਦੇ ਰੋਟੀ ਖਾ ਲੂਗੀ ਭੂਆ ਤਾਂ ਹੈ ਹੀ ਨਹੀਂ ਘਰੇ ਹੈ ਹੀ ਨਹੀਂ ਕਿਉਂ ਕਿੱਧਰ ਆ ਗਈ ਪਤਾ ਨਹੀਂ ਮਾਂ ਪਹਿਲਾਂ ਸਵੇਰੇ ਭੂਆ ਤੈਨੂੰ ਲੱਭੀ ਆਂਦੀ ਸੀ ਤੂੰ ਨਹੀਂ ਮਿਲੀ ਹੁਣ ਭੂਆ ਪਤਾ ਨਹੀਂ ਕਿੱਧਰ ਭੱਜ ਗਈ ਲੈ ਮੈਂ ਕਿੱਧਰ ਜਾਣਾ ਮੈਂ ਤਾਂ ਬਾਹਰ ਸੰਭਰ ਹੀ ਜਾਂਦੀ ਸੀ ਪਸ਼ੂਆਂ ਕੋਲੋਂ ਉਹ ਮਖਤਿਆਰੋ ਤਾਈ ਨੇ ਆਵਾਜ਼ ਮਾਰ ਲਈ ਮੈਂ ਤਾਂ ਉੱਧਰ ਭੱਜ ਗਈ ਸੀ 2 ਮਿੰਟ ਅੱਛਾ ਅੱਛਾ ਭੂਆ ਤਾਂ ਵੈਸੇ ਲੈ ਉਹ ਆਉਂਦੀ ਹੈ ਭੂਆ ਕਿੱਧਰ ਭੱਜ ਗਈ ਸੀ ਇਹ ਤੜਕੇ ਹੀ ਪਤਾ ਨਹੀਂ ਆਪ ਹੀ ਪੁੱਛ ਲਓ ਆ ਗਈ ਭੂਆ ਚੱਲ ਮਾਂ ਮੈਂ ਅੰਦਰ ਜਾਨੀ ਆ ਹਾਂ ਮੇਰੀ ਗੱਲ ਸੁਣ ਕਮਲ ਪੁੱਤ ਨਾਲੇ ਤਾਂ ਗੁੜ ਬੰਨ ਦੇ ਨਾਲੇ ਬੋਤਲ 'ਚ ਦੁੱਧ ਪਾ ਦੇ ਚੰਗਾ ਚੰਗਾ ਹਾਂ ਤੇ ਮੈਂ ਰੋਟੀ ਲਾਉਣੀ ਆ ਫਿਰ ਖੇਤ ਹੀ ਭੇਜ ਦਾਂਗੇ ਉੱਥੇ ਬਣਾ ਲੈਣਗੇ ਚਾਹ ਚੂ ਸਹੀ ਗੱਲ ਹੈ ਹਾਂ ਚਾਹ ਆਪਦੀ ਉੱਥੇ ਹੀ ਬਣਾ ਲੈਣਗੇ ਸਾਰਾ ਦੁਪਹਿਰਾ ਉਹੀ ਗੱਲ ਆਪਾਂ ਨੂੰ ਖੇਤਾਂ 'ਚ ਹੀ ਕਢਾ ਦਿੰਦੇ ਆ ਕਦੇ ਚਾਹ ਫੜਾ ਜਾਓ ਕਦੇ ਰੋਟੀ ਫੜਾ ਜਾਓ ਇਕੱਠੀਆਂ ਹੀ ਫੜਾ ਆਵਾਂਗੇ ਹੁਣ ਨੇ ਰੋਟੀ ਨੇ ਚਾਹ ਤੂੰ ਕਿੱਧਰ ਭੱਗ ਗਈ ਸੀ ਨਹੀਂ ਮੈਂ ਤਾਂ ਭੱਗ ਗਈ ਸੀ ਚਾਚੀ ਕੇ ਘਰੇ ਕਿਉਂ ਚਾਚੀ ਕੇ ਕੀ ਕੰਮ ਸੀ ਤੈਨੂੰ ਚਾਚੀ ਕੇ ਕੰਮ ਤਾਂ ਹੈਗਾ ਸੀ ਗੱਲ ਕਰ ਉਹ ਮਿਲੀ ਨਹੀਂ ਮੈਨੂੰ ਕੰਮ ਤਾਂ ਅੱਜ ਬਾਹਲਾ ਹੀ ਵੱਡਾ ਸੀ ਚਾਚੀ ਤੱਕ ਕੀ ਗੱਲ ਹੋ ਗਈ ਦੱਸਤਾ ਦੇ ਗੱਲ ਤਾਂ ਕੀ ਹੋਣੀ ਸੀ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਿਆ ਕਮਲ ਨੇ ਅੱਜ ਮੈਨੂੰ ਸਾਰਾ ਕੁਛ ਦੱਸਤਾ ਇਹਨੂੰ ਲੁੱਤਵੀਂ ਚਾਚੀ ਲਾ ਕੇ ਜਾਂਦੀ ਸੀਗੀ ਕਹਿੰਦੀ ਮੈਨੂੰ ਸਿਖਾਉਂਦੀ ਹੁੰਦੀ ਸੀਗੀ ਵੀ ਤੇਰੀ ਭੂਆ ਨੂੰ ਤੂੰ ਕੱਢਦੇ ਆਏ ਕਰਦੇ ਸਾਰੀਆਂ ਗੱਲਾਂ ਉਹਨੇ ਕੀਤੀਆਂ ਨੇ ਜਦੋਂ ਇਹਨੇ ਮੈਨੂੰ ਦੱਸਤਾ ਭੈਣੇ ਮੇਰੇ ਤਾਂ ਸੱਤੇ ਕੱਪੜੀ ਅੱਗ ਲੱਗ ਗਈ ਮੈਂ ਗਈ ਸੀ ਗਾਹਾਂ ਹੈ ਨਹੀਂ ਸੀਗੀ ਚੌਂਕੀਆਂ ਚੁੰਕੀਆਂ ਤੇ ਨਿਕਲੀ ਹੋਈ ਹੈ ਕਿਤੇ ਆਖੇ ਚੌਂਕੀ ਭਰਨ ਗਈ ਹੈ ਲੈ ਚਾਚੀ ਹਟਦੀ ਨਹੀਂ ਬੇੜਾ ਬੈਠੀ ਵਾਲੀ ਦੇਖ ਲਿਆ ਅਮਨ ਉਹੀ ਗੱਲ ਹੋ ਗਈ ਨਾ ਪਹਿਲਾਂ ਮੈਨੂੰ ਸਿਖਾਉਂਦੀ ਸੀ ਆਪਣੀ ਗੱਲ ਸਹੀ ਨਿਕਲੀ ਵੀ ਬਹੂ ਨੂੰ ਉਹੀ ਸਿਖਾਉਂਦੀ ਹੈ ਨਾ ਫਿਰ ਤੈਨੂੰ ਕਮਲ ਨੇ ਆਪੇ ਦੱਸਤਾ ਅੱਜ ਹਾਂ ਮੈਂ ਪੁੱਛ ਲਿਆ ਇਹਨੂੰ ਬੜਿਆ ਕੇ ਇਹ ਮੈਨੂੰ ਕਹਿੰਦੀ ਹਾਂ ਭੂਆ ਜੀ ਮੈਨੂੰ ਤਾਂ ਬੋ ਐਂ ਕਹਿੰਦੀ ਹੁੰਦੀ ਸੀਗੀ ਮਹਾ ਦੇਖ ਲੈ ਵੈਵਤਾ ਕਰਨ ਨੂੰ ਹਜੇ ਵੀ ਨਹੀਂ ਹਟਦੀ ਚੱਲ ਤੈਨੂੰ ਤਾਂ ਜਿਹੜਾ ਸਿਖਾਈ ਜਾਂਦੀ ਸੀ ਠੀਕ ਹੈ ਤੇ ਹੁਣ ਵੀ ਗਾਹਾਂ ਤੂੰ ਮੇਰੀ ਗੱਲ ਸੁਣ ਇਹਨੂੰ ਬਹੂ ਨੂੰ ਲੱਗ ਗਈ ਭਾਈ ਬਹੂ ਮੈਂ ਮਰ ਜਾਂ ਕੀ ਪਤਾ ਕੀ ਕੀ ਪੱਟੀਆਂ ਪੜਾਉਂਦੀ ਹੋ ਗਈ ਆਪਣਾ ਤਾਂ ਘਰ ਜਮਾਂ ਪੱਟ ਦੇਣਾ ਸੀ ਇਹ ਤਾਂ ਚੱਲ ਸ਼ੁਕਰ ਹੈ ਪਰਮਾਤਮਾ ਨੇ ਆਪਣੀ ਸੁਣ ਲਈ ਜਿਹੜੀ ਬਹੂ ਨੇ ਆਪਾਂ ਨੂੰ ਗੱਲ ਦੱਸਤੀ ਤੇ ਜੇ ਉਹਦੇ ਮਗਰ ਹੀ ਲੱਗੀ ਰਹਿੰਦੀ ਕੀ ਪਤਾ ਆਪਣੇ ਘਰ ਦਾ ਕੀ ਖੱਖੜ ਖਈਆ ਹੋਣਾ ਸੀ ਉਹਨੇ ਤਾਂ ਕਰਨਾ ਹੀ ਸੀ ਸਾਰਾ ਕੁਛ ਹੋਰ ਇਹਨੇ ਦੱਸ ਕੀ ਉਹ ਕਰਨਾ ਗਾ ਕਲੇਸ਼ ਪਵਾ ਤਾਂ ਹਜੇ ਕੀ ਕੋਈ ਘੱਟ ਰਹਿ ਗਿਆ ਪੰਚਾਇਤਾਂ ਤਾਂ ਇਕੱਠੀਆਂ ਕਰਾਤੀਆਂ ਨਪੁੱਤੇ ਦਾ ਗੁੱਸਾ ਨਾ ਆਵੇ ਵੀ ਮੰਨਿਆ ਚੱਲ ਉਦੋਂ ਤਾਂ ਤੇਰੇ ਇਹ ਅੱਗ ਲੱਗੀ ਹੈਗੀ ਵੀ ਛੇਤੀ ਕਰਮੇ ਨੂੰ ਪੱਗ ਮਿਲ ਜੇ ਛੇਤੀ ਕਰਮੇ ਨੂੰ ਬਹੂ ਨੂੰ ਮੈਂ ਦੱਸਦਾ ਮਹਾਂ ਪਹਿਲਾਂ ਤੇਰੀ ਮਾਂ ਨੂੰ ਇਹ ਲੁੱਤੀਆਂ ਲਾਉਂਦੀ ਰਹੀ ਆ ਪਹਿਲਾਂ ਤੈਨੂੰ ਤਾਂ ਉਦੋਂ ਤਾਂ ਇਹ ਸੀ ਹੁਣ ਤੈਨੂੰ ਕੀ ਲਾਲਚ ਆ ਵੀ ਹੁਣ ਕਾਹਦੀ ਘਰ ਤੂੰ ਸਾਡਾ ਘਰ ਪੱਟ ਦੀਏ ਹਾਂ ਹੁਣ ਕਿਹਨੂੰ ਭਾਲਦੀਆਂਗੀ ਬਸ ਵੀ ਹੁਣ ਤਾਂ ਤੇਰਾ ਮੁੰਡਾ ਵਿਆਹਿਆ ਗਿਆ ਹੁਣ ਤਾਂ ਟਿਕ ਜਾ ਹੁਣ ਤਾਂ ਨਾ ਲੁੱਤੀਆਂ ਦਾ ਸਾਡਾ ਘਰ ਬਸ ਸਾਡੀ ਬਹੂ ਨਾਲ ਤਾਂ ਕੋਈ ਮਤਲਬ ਹੀ ਨਹੀਂ ਤੇਰਾ ਕਿਉਂ ਤੂੰ ਇਹਦੇ ਕੋਲੇ ਗੱਲਾਂ ਕਰਦੀਆਂ ਮਿਲੀ ਨਹੀਂ ਮੈਨੂੰ ਉਹਦੀ ਕਹਾਂ ਉਹ ਬੈਠੀ ਸੀ ਹਜੇ ਕਰਮੇ ਦੀ ਸੱਸ ਆਈ ਅੱਛਾ ਮੇਰੀ ਗੱਲ ਸੁਣ ਲੈ ਅਮਣ ਪਹਿਲਾਂ ਤਾਂ ਮੈਂ ਚੁੱਪ ਸੀ ਵੀ ਚੱਲ ਕੋਈ ਗੱਲ ਨਹੀਂ ਮੈਂ ਨੂੰਹ ਆ ਉਹ ਮੇਰੀ ਸੱਸ ਆ ਮੈਂ ਤਾਂ ਨਹੀਂ ਬੋਲਦੀ ਸੀ ਹੁਣ ਮੇਰੀ ਨੂੰਹ ਤੇ ਗੱਲ ਆ ਗਈ ਹੁਣ ਚਾਚੀ ਨੂੰ ਆ ਜਾਂਦੇ ਫਿਰ ਮੈਂ ਪੱਟੂ ਉਹਦੀਆਂ ਬੋਦੀਆਂ ਜੀਆਂ ਕੋਈ ਗੱਲ ਨਹੀਂ ਹੁਣ ਤਾਂ ਮੈਂ ਕਿਹੜਾ ਘੱਟ ਰਹੂੰਗੀ ਸੁਣਾ ਕੇ ਮੈਂ ਵੀ ਆਉਂ ਨਾਲੇ ਮੈਂ ਚਾਚੇ ਨੂੰ ਕਹਿ ਕੇ ਆਉਂਗੀ ਅੱਜ ਤੱਕ ਤਾਂ ਮੈਂ ਚਾਚੇ ਨੂੰ ਕੋਈ ਗੱਲ ਦੱਸੀ ਨਹੀਂ ਸੀ ਹੁਣ ਮੈਂ ਕਹਿ ਕੇ ਆਉਂ ਮੈਂ ਕਹਦੂ ਭਾਈ ਦੇਖ ਚਾਚਾ ਜਦੋਂ ਕਿਸੇ ਦਾ ਕੋਈ ਘਰ ਪੱਟਿਆ ਜਾਊਗਾ ਭਾਈ ਫਿਰ ਕੋਈ ਨਹੀਂ ਚੁੱਪ ਬਹਿੰਦਾ ਹੈਗਾ ਗਾ ਉਹ ਬਹੂ ਨਿਆਣੀ ਸਿਆਣੀ ਹੈਗੀ ਤੁਸੀਂ ਉਹਨੂੰ ਇਹੋ ਜਿਹੀਆਂ ਖਬਰਾਂ ਕੀ ਗੱਲਾਂ ਕਹਿਣੇ ਹੋਗੇ ਜੇ ਕੋਈ ਤੁਹਾਡੀ ਬਹੂ ਨੂੰ ਗੱਲ ਕਹੇ ਫਿਰ ਕਿੱਥੇ ਜਾਂਦੀ ਹੈ ਗੱਲ ਤੁਹਾਡਾ ਘਰ ਉੱਜੜਨ ਤੇ ਆਇਆ ਸੀ ਅਸੀਂ ਤਾਂ ਹਰਪ੍ਰੀਤ ਨੂੰ ਉਹੀ ਗੱਲ ਮਿੰਨਤਾਂ ਕਰ ਰੱਖਿਆ ਉਹਨਾਂ ਨੂੰ ਭਾਈ ਇੰਨਾ ਉਹ ਕੀਤਾ ਇਹ ਨਹੀਂ ਨਾ ਗੁਣ ਮੰਨਦੇ ਵੀ ਇਹ ਤਾਂ ਸਾਡਾ ਇੰਨਾ ਕਰਦੇ ਨੇ ਤੇ ਅਸੀਂ ਇਹਨਾਂ ਦੀਆਂ ਜੜਾਂ ਹੀ ਵੱਢੀ ਜਾਂਦੇ ਹਾਂਗੇ ਚਾਚੀ ਪਤਾ ਨਹੀਂ ਕਿਹੋ ਜਿਹੀ ਵਧੀਆ ਫਿਰਦੀ ਆ ਸਿਆਣਿਆਂ ਦੇ ਧੱਕੇ ਖਾਂਦੀ ਵੀ ਹੁਣ ਦੱਸ ਤੈਨੂੰ ਕੀ ਚਾਹੀਦਾ ਵਧੀਆ ਮੁੰਡਾ ਵਿਆਹ ਟਿਕ ਜਾ ਕਿਉਂ ਲੋਕਾਂ ਦੇ ਘਰ ਪੱਟਦੀ ਹੈਗੀ ਇਹ ਲੋਕਾਂ ਤੇ ਫਿਰ ਟੂਣੇ ਟੰਮਣ ਕਰਾਉਂਦੀ ਰਹਿੰਦੀ ਹੈ ਐਂ ਨਹੀਂ ਪਤਾ ਵੀ ਟੂਣੇ ਟੰਮਣਾਂ ਨਾਲ ਕੀ ਕਰ ਲੇਂਗੀ ਸਾਰਾ ਦਿਨ ਕਦੇ ਉਹਦੇ ਘਰੇ ਤਵੀਤ ਸਿੜਤੇ ਕਦੇ ਉਹਦੇ ਘਰੇ ਤਾਗੇ ਸਿੜਤੇ ਤੇਰੇ ਤਾਗੇ ਤਵੀਤਾਂ ਨਾਲ ਨਹੀਂ ਕੁਛ ਹੁੰਦਾ ਹੈਗਾ ਗਾ ਰੱਬ ਦੀ ਨਿਗਾਹ ਸਿੱਧੀ ਚਾਹੀਦੀ ਹੈਗੀ ਕੋਈ ਨਹੀਂ ਪਰਮਾਤਮਾ ਨੇ ਸਾਡੀ ਤਾਂ ਫੇਰ ਵੀ ਮੈਂ ਤਾਂ ਕਹਿੰਦੀ ਹਾਂ ਇਹ ਸੱਚੇ ਪਾਤਸ਼ਾਹ ਜਿਵੇਂ ਸਾਡੀ ਸੁਣੀ ਹੈ ਸਾਡੀ ਬਹੂ ਨੂੰ ਅਕਲ ਆ ਗਈ ਮੈਂ ਤਾਂ ਕਹਿੰਦੀ ਹਾਂ ਬਸ ਸਾਰਿਆਂ ਦੀਆਂ ਬਹੂਆਂ ਬਸ ਅਸੀਂ ਰਹਿਣ ਇਹ ਤਾਂ ਸਾਰਾ ਦਿਨ ਖਲਾਰੇ ਪਾਉਣ ਨੂੰ ਰਹਿੰਦੀ ਹੈ ਲੋਕਾਂ ਦੇ ਘਰੇ ਮੈਂ ਤਾਂ ਆਪ ਪਰਮਾਤਮਾ ਅੱਗੇ ਇਹੀ ਝੋਲੀ ਅੱਡਦੀ ਹਾਂ ਵੀ ਜਿਹੜਾ ਕੋਈ ਕਿਸੇ ਦੇ ਨਾਲ ਕਰੇ ਨਾ ਉਹ ਆਪ ਹੀ ਭਰੇ ਸਾਡਾ ਜਾਂਦੀ ਹੈ ਹੋਰ ਦੱਸ ਕੀ ਕਰੂਗੀ ਠੱਗੀਆਂ ਤਾਂ ਫਿਰ ਹੋ ਹੀ ਜਾਂਦੀਆਂ ਨੇਗੀਆਂ ਕਹੀ ਗੱਲ ਤਾਂ ਫਿਰ ਅਗਲਾ ਕਹਿੰਦਾ ਫਿਰ ਮਿਰਚਾਂ ਲੱਗਦੀਆਂ ਨੇਗੀਆਂ ਮੈਂ ਤਾਂ ਐਂ ਕਹਿੰਦੀ ਹਾਂਗੀ ਇਹ ਚਾਚੇ ਤੋਂ ਕਰਦੀ ਹੈ ਚੋਰੀਆਂ ਜੀ ਆਪਾਂ ਤਾਂ ਚਾਚੇ ਨੂੰ ਦੱਸਾਂਗੇ ਵੀ ਚਾਚਾ ਦੇਖ ਲਾ ਕੁਛ ਕਰਦੀ ਹੈਗੀ ਚਾਚੀ ਨੂੰ ਟਕਿਆਉਣਾ ਟਕਿਆਲਾ ਉਹ ਨਾ ਹੋਵੇ ਫਿਰ ਕਹੂਗਾ ਵੀ ਇਹ ਛੋਟੀਆਂ ਹੋ ਕੇ ਬੋਲਦੀਆਂ ਨੇ ਕਿਉਂ ਬੋਲਣਾ ਨਹੀਂ ਹੁਣ ਜਦੋਂ ਕਿਸੇ ਦਾ ਘਰ ਖਿਲਰੂਗਾ ਫਿਰ ਤਾਂ ਬੋਲਾਂ ਕੋਈ ਨਹੀਂ ਮੈਂ ਤਾਂ ਸਾਰੇ ਟੱਬਰ 'ਚ ਬਿਠਾ ਕੇ ਕਹਿ ਕੇ ਆਉਂ ਮੈਂ ਕਹਿੰਦੂ ਦੇਖ ਚਾਚਾ ਅਸੀਂ ਅੱਜ ਤੱਕ ਆਉਣੀ ਜਾਣੀ ਮੈਂ ਤਾਂ ਨਹੀਂ ਬੰਦ ਕੀਤੀ ਹੈਗੀ ਕਿ ਵੀ ਨਾ ਪਹਿਲਾਂ ਚੱਲ ਇਹ ਮੇਰੀ ਗੱਲ ਸੁਣ ਵੀ ਭਾਬੀ ਨੂੰ ਸਿਖਾਈ ਗਈ ਆਪਾਂ ਕਦੇ ਨਹੀਂ ਬੋਲੇ ਵੀ ਕੋਈ ਨਹੀਂ ਇਹਦੀ ਆਦਤ ਹੈ ਇਹਦੀ ਆਦਤ ਹੈ ਪਰ ਹੁਣ ਆਏ ਨਹੀਂ ਹੈਗਾ ਗਾ ਗਾਹਾਂ ਭਾਈ ਸਾਡੇ ਗਾਹਾਂ ਧੀਆਂ ਪੁੱਤਾਂ ਨੂੰ ਵੀ ਨਹੀਂ ਬਖਸ਼ਦੀ ਹੁਣ ਮੈਂ ਵੀ ਤਾਂ ਹੀ ਨਹੀਂ ਬੋਲਦੀ ਸੀ ਵੀ ਚੱਲ ਕੋਈ ਗੱਲ ਨਹੀਂ ਸੱਸ ਹੈਗੀ ਸੱਸ ਹੈਗੀ ਇਹ ਥੋੜ੍ਹੀ ਹੁਣ ਸਿਰੇ ਚੜ੍ਹੀ ਜਾਊਗੀ
ਚਾਚਾ ਕਿੱਥੇ ਜਾਂਦਾ ਹੁਣ ਤਾਂ ਆਪਾਂ ਨੂੰ ਵੀ ਬਚ ਕੇ ਰਹਿਣਾ ਪਊਗਾ। ਅੱਕਾ ਕਈ ਵਾਰ ਕਹਿ ਦਿੰਦੀ ਹੁੰਦੀ ਹੈਗੀ ਅਸੀਂ ਅੱਜ ਮਿੱਠੇ ਚੌਲ ਬਣਾਏ ਨੇ ਦੇ ਕੇ ਜਾਵਾਂ ਭੋਰਾ ਖਾਣੇ ਨੇ ਸਾਨੂੰ ਨੀ ਲੋੜ ਹੈਗੀ। ਆਪਾਂ ਨੂੰ ਤਾਂ ਕੁਛ ਨੀ ਹੁੰਦਾ ਬਹੂ ਨੂੰ ਨਾ ਕੋਈ ਚੀਜ਼ ਬਸ ਉਹਨਾਂ ਦੇ ਹੱਥੋਂ ਖਾਣ ਦੇ ਨਾ ਬਸ ਆਪਣੇ ਤਾਂ ਬਥੇਰੇ ਕਰ ਲਏ ਉਹਨੇ ਕੋਈ ਨੀ ਅੱਜ ਤੱਕ ਟੂਣੇ ਹੀ ਕਰਦੀ ਆਈ ਹੈ ਕਿ ਕੋਈ ਟੂਣਾ ਨੀ ਅਸਰ ਕਰਦਾ ਉਹ ਬਾਬੇ ਨਾਨਕ ਦੀ ਨਿਗਾਹ ਚਾਹੀਦੀ ਹੈ ਸਿੱਧੀ ਬਸ ਆ ਬਹੂ ਨੂੰ ਨਾ ਕੋਈ ਚੀਜ਼ ਖਾਣ ਦੇ ਨਾ ਬਸ ਕੋਈ ਨੀ ਲੋੜ ਹੀ ਨਹੀਂ ਹੈਗੀ ਦਫਾ ਕਰ ਕਿੰਨੀਆਂ ਰਹਿ ਗਈਆਂ ਰੋਟੀਆਂ ਨਹੀਂ ਲੈ ਫਿਰ ਬੰਨ ਤੇ ਫੜਾ ਆਉਂਗੀ ਭੱਜ ਕੇ ਮੈਂ ਕਹਿੰਦੀ ਸੀ ਖਾ ਲੈ ਤੂੰ ਪਹਿਲਾਂ ਕੋਈ ਨੀ ਖਾ ਲਾਂਗੇ ਹਜੇ ਤਾਂ ਉਹ ਦੇਖ ਲੈ ਬਾਪੂ ਤੂੰ ਵੀ ਬਲੱਡ ਵਧਾ ਕੇ ਨਾ ਸਾਰੀ ਭੁੱਖ ਤੇ ਮਟਿਆਤੀ ਮੈਨੂੰ ਆਪ ਇੱਥੇ ਮੈਂ ਤਾਂ ਚਿੰਤਾ ਕਰੀ ਜਾਂਦੀ ਹਾਂ ਬਾਪੂ ਦੇਖ ਲੈ ਬਿਨਾਂ ਰੋਟੀ ਖਾਧੇ ਬਿਨਾਂ ਦਵਾਈ ਲੈ ਖੇਤ ਫਿਰਦਾ ਹੈਗਾ ਉਹ ਖੇਤ ਵਗ ਗਿਆ ਉਹਨੂੰ ਪਤਾ ਨਹੀਂ ਅੱਜ ਕੀ ਚੰਬਾ ਚੜਿਆ ਸੀ ਬਾਪੂ ਨੂੰ ਉਹ ਦੋ ਤਿੰਨ ਦਿਨ ਹੋ ਗਏ ਦੋ ਤਿੰਨ ਦਿਨਾਂ ਦਾ ਲੱਗਿਆ ਸੀ ਕਰਨ ਭਾਈ ਮੈਂ ਖੇਤ ਜਾਣਾ ਮੈਨੂੰ ਸਾਲ ਹੋ ਗਿਆ 6 ਮਹੀਨੇ ਹੋ ਗਏ ਮੈਂ ਖੇਤ ਦਾ ਮੂੰਹ ਨਹੀਂ ਦੇਖਿਆ ਮੈਂ ਤਾਂ ਹੀ ਕਹਿਤਾ ਸੀ ਹਰਜੀਤ ਨੂੰ ਮੈਂ ਕਿਹਾ ਲੈ ਜਾਵੇ ਬਿਠਾ ਕੇ ਟਰੈਕਟਰ ਤੇ ਕੋਈ ਗੱਲ ਨਹੀਂ ਤੇ ਚਲ ਘੰਟਾ ਘੜੀ ਲਾਇਆ ਕੋਈ ਨਹੀਂ ਹੁਣ ਫਿਰ ਮੈਂ ਕਹਿ ਦੂੰਗੀ ਉਹਨੂੰ ਹਰਜੀਤ ਨੂੰ ਭੱਜ ਕੇ ਛੱਡ ਜੂਗਾ ਨਾਲ ਤਾਂ ਦਵਾਈ ਖਾ ਜਾਂਦਾ ਵਗ ਤਾਂ ਜਾਂਦਾ ਚੱਲ ਕੋਈ ਗੱਲ ਨਹੀਂ ਇੱਕ ਅੱਧੀ ਰੋਟੀ ਖਾ ਕੇ ਦਵਾਈ ਤਾਂ ਖਾ ਜਾਂਦਾ ਫਿਰ ਉੱਥੇ ਬੈਠਾ ਬੈਠਾ ਬਲੱਡ ਵਧਾ ਲੂਗਾ ਕੋਈ ਨਹੀਂ ਫਿਰ ਮੈਂ ਦਵਾਈ ਲੈ ਜੂੰਗੀ ਹੁਣ ਨਾਲੇ ਉਹਨੂੰ ਸ਼ੂਗਰ ਵਾਲੀ ਦਵਾਈ ਦੇ ਦੂੰ ਨਾਲੇ ਦੋ ਰੋਟੀਆਂ ਖਵਾ ਦੂੰਗੀ ਜੇ ਉਹਨੇ ਆਉਣਾ ਹੋਇਆ ਆਜੂਗਾ ਨਹੀਂ ਠਹਿਰ ਕੇ ਛੱਡ ਜਾਣਗੇ ਚੱਲ ਕੋਈ ਨਹੀਂ ਉੱਥੇ ਪਈ ਜੂਗਾ ਲਾਇਆ ਆਉਣ ਦੇ ਉਹਨੂੰ ਵੀ ਉਹਦਾ ਜੀ ਨਹੀਂ ਲੱਗਦਾ ਨਹੀਂ ਉਹਨੂੰ ਐਂ ਸੀਗਾ ਵੀ ਮੈਂ ਖੇਤ ਗੇੜਾ ਮਾਰਿਆ ਵਾ ਬਾਹਲ ਟਾਈਮ ਹੋ ਗਿਆ ਸੀ ਹੁੰਦਾ ਤਾਂ ਹੈਗਾ ਸਾਰਾ ਦਿਨ ਵਿਚਾਰਾ ਘਰੇ ਬੈਠਾ ਰਹਿੰਦਾ ਘਰੇ ਵੀ ਕਿਹਦੇ ਨਾਲ ਗੱਲਾਂ ਮਾਰੇ ਲੈ ਚੱਲ ਮੈਂ ਦੇਖਦੀ ਹਾਂ ਬਹੂ ਨੇ ਕੀ ਕੀਤਾ ਚਾਹ ਘੋੜ ਬੰਨਿਆਗਾ ਹਾਂ ਦੇਖ ਲੈ ਉਹ ਛੋਲਿਆਂ ਦੀ ਚਟਨੀ ਕੁੱਟੀ ਮੈਂ ਤਾਂ ਚੱਲ ਵਧੀਆ ਹੋ ਗਿਆ ਹਾਂ ਹੋਰ ਸਬਜ਼ੀ ਤਾਂ ਫਿਰ ਕੋਈ ਨਹੀਂ ਹੋਰ ਦਾਲਾਂ ਸਬਜ਼ੀਆਂ ਤੋਂ ਜੀ ਅੱਕਿਆ ਪਿਆ ਸੀ ਨੂੰ ਪੁੱਤੇ ਦਾ ਰਾਤ ਨੂੰ ਦੇਖ ਲਾਂਗੇ ਨਾਲੇ ਪੌਣਾ ਚੱਕ ਲਿਆ ਰੋਟੀਆਂ ਬੰਨ ਦਈਏ ਹਾਂ ਲਿਆਉਣੀ ਲੈ ਉਹ ਆ ਗਏ ਆ ਤਾਂ ਗਏ ਪਤਾ ਨਹੀਂ ਕੁਛ ਲਿਆ ਨਹੀਂ ਖਾਂਗੀ ਨਾ ਫੁਰਮਾ ਬਹਿ ਗਈ ਬਹਿ ਗਈ ਮੈਂ ਤਾਂ ਕਦੋਂ ਦੀ ਗੱਲਾਂ ਕਰੀਆਂ ਕੱਲੀ ਤਾਂ ਜੀਵ ਨਹੀਂ ਲੱਗਦਾ ਸੁੱਕਾ ਨਾ ਇੱਡੇ ਘਰ 'ਚ ਹੋਰ ਲਿਆਪਣਾ ਹੀ ਚੂੜੀਆਂ ਦਿਖਾਵਾਂ ਮਾਂ ਨੂੰ ਚੂੜੀਆਂ ਕਿਉਂ ਉਹ ਚੈਨੀ ਲੈਣ ਗਈ ਤੀ ਨਹੀਂ ਮਾਂ ਗਏ ਤਾਂ ਚੈਨੀ ਲੈਣ ਤੇ ਸੀ ਹਾਂ ਤੇ ਗਾਹਾਂ ਜਿਹੜੀ ਚੈਨੀ ਦਾ ਸਾਨੂੰ ਡਿਜ਼ਾਈਨ ਪਸੰਦ ਆਇਆ ਥੋੜ੍ਹੀ ਜਿਹੀ ਭਾਰੀ ਤੀ ਗਿਓ ਉਹ ਬਣੀ ਹੋਈ ਹੈ ਨਹੀਂ ਤੀ ਉਹ ਸੁਨਿਆਰ ਕਹਿੰਦਾ ਵੀ ਮੈਂ ਦੋ ਚਾਰ ਦਿਨਾਂ ਤੱਕ ਬਣਾ ਦੂੰਗਾ ਅੱਛਾ ਫਿਰ ਮੈਂ ਆਖ ਆਏ ਵਾਏ ਹੁਣ ਖਾਲੀ ਹੱਥ ਕੀ ਜਾਵਾਂਗੇ ਮਹਾਂ ਨਾ ਨਾ ਠੀਕ ਹੈ ਠੀਕ ਹੈ ਤੇ ਦੇਖ ਲੈ ਫਿਰ ਆਹ 1.5 ਲੱਖ ਦੀਆਂ ਚੂੜੀਆਂ ਲਈ ਦੇਖੀ ਮੜੇ ਖੁੱਲ ਕੇ ਲੈ ਇਹ ਤਾਂ ਬਲਾਂ ਸੋਹਣੀਆਂ ਨੇ ਕੁੜੇ ਨਹੀਂ ਡਿਜ਼ਾਈਨ ਵੀ ਬਲਾਈ ਸੋਹਣਾ ਹੈ ਲੈ ਸੋਹਣੀਆਂ ਨੇ ਨਾ ਹਾਂ ਨਿੱਕਰ ਨਹੀਂ ਬਾਰੀ ਕਰਾਈਆਂ ਨੇ ਮਹਾਂ ਚੇ ਫਲਾਵਟ 'ਚ ਜ਼ਿਆਦਾ ਨਾ ਹੋਣ ਪਰ ਚੀਜ਼ ਮਜ਼ਬੂਤ ਹੋਣੀ ਚਾਹੀਦੀ ਹੈ ਨਿੱਕਰ ਨਹੀਂ ਲੈ ਰੱਖ ਲੈ ਪਾਲ ਆ ਦੇਖ ਲੈ ਬੇਬੇ ਇਹਦੇ ਕੋਈ ਚੀਜ਼ ਪਸੰਦ ਨਹੀਂ ਆਈ 1.5 ਲੱਖ ਮੇਰਾ ਚੂੜੀਆਂ ਤੇ ਲਵਾਤਾ 20,000 ਰੁਪਇਆ ਉਹਨੂੰ ਸੁਨਿਆਰੇ ਨੂੰ ਸਾਈ ਫੜਾਇਆ ਜੀ ਚੈਨੀ ਹਲੇ ਲੈ ਕੇ ਆਉਣੀ ਆ 70,000 ਉਹਦਾ ਉਹ ਦੇਣਾ ਬੇ ਫੇਰ ਕੀ ਹੋ ਗਿਆ ਦੇਖੀ ਹੈ ਦੇਖ ਕਿੰਨੀ ਸੋਹਣੀ ਲੱਗੂਗੀ ਪਾ ਕੇ ਚੀਜ਼ ਤਾਂ ਤੇਰੇ ਘਰ ਹੀ ਆਈ ਹੈ ਕਿਸੇ ਪਾਸੇ ਸਿੱਟ ਕੇ ਤਾਂ ਨਹੀਂ ਆਈ ਇਹ ਉਹ ਗੱਲ ਚੀਜ਼ ਦੀ ਨਹੀਂ ਹੈਗੀ ਬੀਬੀ ਚੀਜ਼ ਤਾਂ ਇਹਨੂੰ ਮੈਂ ਕਿਹਾ ਸੀ ਵੀ ਚੱਲ ਹੌਲੀਆਂ ਲੈ ਲਾ ਐਡੀ ਵੀ ਕੀ ਭਾਰੀ ਨੂੰ ਸੀਗਾ ਬੀਬੀ ਹੁਣ ਆ ਕੇ ਮੈਨੂੰ ਬੋਲੂਗੀ ਮੇਰੇ ਤਾਂ ਫਿਰ ਤੁਸੀਂ 70 ਪਾਉਣ ਵਾਲਾ ਕੰਮ ਕਰਤਾ ਨਾ ਕਾਹਨੂੰ ਬੋਲਦੀ ਹੈ ਹੁਣ ਹਾੜੀ ਆ ਜੂਗੀ ਠੇਕਾ ਆ ਜੂਗਾ ਮੇਰੇ ਕੋਲੇ ਤੈਨੂੰ ਮੈਂ ਸਾਰਾ ਲਾ ਦੂੰਗੀ 50,000-60,000 ਦਾ ਉਹ 50-60 ਨਾਲ ਕੀ ਬਣਦਾ ਬੀਬੀ ਇਹ ਤਾਂ ਤੈਨੂੰ ਵੀ ਪਤਾ ਰੁਪਈਆ ਤਾਂ ਮੇਰਾ 2.5-3 ਲੱਖ ਲਵਾਤਾ ਇਹਨੇ ਲੈ ਫੇਰ ਕੀ ਹੋ ਗਿਆ ਨਾਲੇ ਇਹ ਚੂੜੀਆਂ ਕਿਹੜਾ ਮੈਂ ਕੱਲੀ ਨੇ ਪਾਉਣੀਆਂ ਨੇ ਬੀਬੀ ਵੀ ਪਾ ਲਿਆ ਕਰੂਗੀ ਨਾਲ ਹਾਂ ਕਿ ਦੇਖਦਾ ਸਿਉਣਾ ਕਿਹੜਾ ਨਿਕਲ ਕੇ ਭੱਜਦਾ ਕਿ ਕਿਸੇ ਦੇ ਹੱਥ ਚੋਂ ਦੋ ਲੈਣੀਆਂ ਫਿਰ ਇੱਕ ਬੀਬੀ ਨੂੰ ਦੇ ਦਾਂਗੇ ਚੱਲ ਨਾਲੇ ਮੈਨੂੰ ਨਹੀਂ ਕੁਛ ਬੋਲੂ ਉਹ ਲੈ ਫੜਾਂ ਕਰ ਲੈ ਹੱਥ ਕਰ ਮਾਰ ਜਾ ਚੱਕ ਬੀਬੀ ਨੂੰ ਫੜਾ ਦੇ ਮੈਂ ਤਾਂ ਹੀ ਸਾਰ ਲੂ ਆ ਦੇਖ ਲੈ ਬੀਬੀ ਫਿਰ ਐਂ ਗੁੱਸਾ ਕਰਦੀ ਐ ਮੈਂ ਤੇਰੇ ਮੂੰਹ ਤੇ ਮਾਰੂ ਚਪੇੜ ਵੱਧ ਬੋਲਦੀਆਂ ਹੈ ਨਾ ਤਾਂ ਤੈਨੂੰ ਇਹੀ ਗੱਲ ਲੱਗੇ ਟੂਮ ਦਵਾ ਕੇ ਲੈ ਆ ਨਾ ਤੂੰ ਸਿਰ ਤੇ ਚੜ੍ਹਦੀ ਜਾਂਦੀ ਹੈਗੀ ਫੜ ਉਹੀ ਹੈ ਨਾ ਫਿਰ ਸਾਰਾ ਕਰਾਇਆ ਕਰਾਇਆ ਖੂਜ ਜਾਂਦਾ ਮੇਰਾ ਮਾੜੀ ਜੀ ਗੱਲ ਤੇ ਮਰੋੜ ਕਰ ਲੂ ਆਏ ਨਹੀਂ ਮਾਂ ਮਾੜੀ ਜੀ ਚੂੜੀਆਂ ਕੀ ਦਵਾਤੀਆਂ ਫਿਰ ਹੁਣ ਉਹੀ ਸੁਣਾਈ ਜਾਂਦਾ 2.5-3 ਲੱਖ ਲੱਗ ਗਿਆ ਫਿਰ ਕੀ ਹੋ ਗਿਆ ਉਹ ਤਾਂ ਪਤੀ ਤੇ ਜਦੋਂ ਵਿਆਹ ਕਰਾਵੇਂਗਾ ਫਿਰ ਅੱਗੇ ਖਰਚਾ ਤਾਂ ਹੋਊਗੀ ਕੋਈ ਗੱਲ ਨਹੀਂ ਘਰੇ ਆ ਕੇ ਹਿਸਾਬ ਕਿਤਾਬ ਤਾਂ ਲਾਉਣਾ ਹੀ ਲੱਗਦਾ ਹਰੇਕ ਚੀਜ਼ ਦਾ ਤੂੰ ਉਹੀ ਗੱਲ ਪੈਂਦੀ ਫਿਰਦੀਆਂ ਕਾਹਨੂੰ ਮਾਂ ਜ਼ਿਆਦਾ ਸੂਮ ਹੈਗਾ ਕੰਜੂਸ ਪਤਾ ਨਹੀਂ ਕੀਤੇ ਗਿਆਗਾ ਇੰਨੀ ਤਾਂ ਇਹਦੀ ਮਾਂ ਨਹੀਂ ਕੰਜੂਸ ਟੈਨਸ਼ਨ ਆ ਵੀ ਬੀਬੀ ਆ ਕੇ ਮੈਨੂੰ ਗਾਲਾਂ ਦੇਊਗੀ ਕਹੂਗੀ ਸਾਰੇ ਪੈਸੇ ਇਹ ਲਾਇਆ ਨਾਲੇ ਆੜਤੀਆਂ ਤੋਂ ਫੜ ਲਏ ਉਸ ਨਹੀਂ ਕਹਿੰਦੀ ਹਲੇ ਉਹਨਾਂ ਦੇ ਦੇਣਾ 70,000 ਰੁਪਇਆ ਬਈ ਆਪੇ ਖੱਬਾ ਸੱਜਾ ਹੋ ਜਾਂਦਾ ਹੁੰਦਾ ਹੈ ਘਰੇ ਚੀਜ਼ ਰੋਜ਼ ਰੋਜ਼ ਨਹੀਂ ਬਣਦੀ ਮੈਂ ਤੈਨੂੰ ਦੱਸਾਂ ਨਾਲੇ ਬੀਬੀ ਕਿਹੜਾ ਆੜਤੀ ਦੇ ਹਿਸਾਬ ਕਰਨ ਜਾਂਦੀ ਹੈ ਕੁਛ ਮਾਂ ਦੇ ਦੂਗੀ ਕੁਛ ਤੂੰ ਆੜਤੀ ਤੋਂ ਲੈ ਕੇ ਦੇ ਦੀ ਪੈਸੇ ਕਿਉਂ ਦਿਲ ਛੋਟਾ ਕਰਿਆ ਉਹ ਚੱਲ ਚੰਗਾ ਯਾਰ ਚਾਹ ਦੀ ਕੁੱਟ ਬਣਾ ਲੈ ਚਾਹ ਦੀ ਕੁੱਟ ਬਣਾ ਲੈ ਤੂੰ ਅੰਦਰ ਜਾ ਕੇ ਪੈ ਜਾ ਨਾਲੇ ਜਦੋਂ ਥੋੜਾ ਘਣਾ ਪੈਸਾ ਸਿਰ ਚੜ ਜੇ ਨਾ ਫੇਰ ਤਾਂ ਧੱਕਾ ਜਾ ਸਰੀਰ ਨੂੰ ਲੱਗਦਾ ਹੀ ਹੁੰਦਾ ਜਾ ਮੇਰਾ ਸ਼ੇਰ ਆਜ ਤਾਂ ਮੇਰਾ ਜਮਾਈ ਬਥੇਰਾ ਦਲੇਰ ਹੈਗਾ ਮੈਂ ਤੈਨੂੰ ਦੱਸਾਂ ਉਹ ਬੀਬੀ ਕਾਹਦਾ ਦਲੇਰ ਮੇਰੀ ਤਾਂ ਦਲੇਰੀ ਸਾਰੀ ਸੁਨਿਆਰੇ ਦੀ ਦੁਕਾਨ 'ਚ ਰਹਿ ਗਈ ਮੇਰਾ ਤਾਂ ਬਲੱਡ ਘਟੀ ਜਾਂਦਾ ਆ ਮੇਰੀ ਬੀਬੀ ਆਊਗੀ ਉਹਦਾ ਬਲੱਡ ਵਧੀ ਜਾਊ ਉਹ ਮੈਨੂੰ ਤਾਂ ਫਿਕਰ ਜਿਹਾ ਹੋਇਆ ਪਿਆ
ਪਰ ਗੱਲ ਤਾਂ ਇਹਦੀ ਆ ਨਾ ਸਾਰੀ ਗਲਤੀ ਉਂਗਲ ਫੜਦੀ ਫੜਦੀ ਨੇ ਮਾਂ ਦੀ ਧੀ ਨੇ ਮੇਰਾ ਗਾਲੀ ਦੱਬ ਲਿਆ ਮੈਨੂੰ ਤਾਂ ਸਾਹ ਨਹੀਂ ਆਉਂਦਾ ਆਏ ਤਾਂ ਦਿਮਾਗ ਨਹੀਂ ਕੰਮ ਕਰਦਾ ਵੀ ਜਿੰਨੇ ਕੁ ਪੈਸੇ ਨੂੰ ਉਨੀ ਕੁ ਚੀਜ਼ ਲੈ ਲਾ ਮੈਂ ਮਾਂ ਫਿਰ ਕੀ ਹੋ ਗਿਆ ਹੁਣ ਜਦੋਂ ਲੈ ਆਈ ਫਿਰ ਵੀ ਕਲੇਸ਼ ਚੱਲ ਕੋਈ ਨਹੀਂ ਪੁੱਤ ਵਾਧਾ ਘਾਟਾ ਮੈਂ ਆਪੇ ਕਰ ਦੂੰਗੀ ਵਾਧਾ ਘਾਟਾ ਠੀਕ ਆ ਇੱਕ ਚੀਜ਼ ਲਿਆਉਂਦੀ ਇੱਕ ਫੇਰ ਲਿਆ ਲੈਂਦੇ ਸੀ ਵੀ ਇਹਨਾਂ ਨੂੰ ਫਿਰ ਏਡੀ ਕਿੱਡੀ ਗੱਲ ਸੀਗੀ ਚੱਲ ਕੋਈ ਨਹੀਂ ਹੁਣ ਤੂੰ ਦਿਮਾਗ ਦੀ ਗੱਲ ਨਾ ਲਾ ਜਾ ਕੇ ਪੈ ਜਾ ਆਰਾਮ ਕਰ ਲੈ ਉਹ ਚਾਹ ਦੀ ਘੁੱਟ ਦੇ ਦੇ ਮੇਰਾ ਸਿਰ ਦੁਖੀ ਜਾਂਦਾ ਗਾ ਲਿਆ ਦਿੰਦੀ ਹੈ ਚਾਹ ਤਾਂ ਕੋਈ ਨਾ ਦੇਖ ਲੈ ਨਾਲ ਤਾਂ ਕਹਿੰਦਾ ਮੇਰਾ ਬੀਪੀ ਲੋ ਹੋ ਗਿਆ ਜੇ ਬੀਪੀ ਲੋ ਤੇ ਚਾਹ ਪੀਊਗਾ ਹੋਰ ਲੋ ਹੋਊਗਾ ਮੈਂ ਤਾਂ ਕਹਿੰਦੀ ਲੱਸੀ 'ਚ ਲੂਣ ਪਾ ਕੇ ਦੇ ਦਿੰਦੀ ਹਾਂ ਲੂਣ ਪਾ ਕੇ ਤਾਂ ਦੇ ਦਿੰਦੀ ਹਾਂ ਮੈਨੂੰ ਐਂ ਦੱਸ ਜਦ ਤੂੰ ਲੜੀ ਲੈਣ ਗਈ ਤੀ ਫਿਰ ਆਹ ਬੰਜ ਕਾਹਨੂੰ ਕੱਢਣਾ ਤੀ ਮਾਂ ਲੜੀ ਬਣੀ ਨਹੀਂ ਹੋਈ ਤੀ ਉਹਦੇ ਲਵੇ ਜਿਹੜੀ ਹੈਗੀ ਤੀ ਜਮੀ ਹਲਕੀ ਜੀ ਤੀ ਫਿਰ ਕਹਿੰਦੀ ਇਹ ਕਿਉਂ ਲੈ ਗਈ ਇਹ ਤਾਂ ਮੈਂ ਤਾਂ ਲਈ ਲੜੀ ਕਰਨੀ ਉਹਨੂੰ ਦੇਈ ਸਾਈ ਫੜਾਏ ਉਹਨੂੰ 20,000 ਰੁਪਇਆ ਫਿਰ ਕੀ ਹੁੰਦਾ ਫਿਰ ਹੁੰਦਾ ਤਾਂ ਕੁਛ ਨਹੀਂ ਔਖਾ ਤਾਂ ਇਹਨੂੰ ਵੀ ਹੈ ਹੁਣ ਇਹਨੂੰ ਫਿਕਰ ਹੋਇਆ ਪਿਆ ਵੀ ਇੰਨੇ ਪੈਸੇ ਮੈਂ ਕਿੱਥੋਂ ਦੇਊਂਗਾ ਕੁਛ ਇਹਦੀ ਮਾਂ ਦੇ ਸੁਭਾਅ ਦਾ ਤੈਨੂੰ ਪਤਾ ਹੈ ਨਹੀਂ ਮਾਂ ਕੋਈ ਔਖਾ ਨਹੀਂ ਹੈਗਾ ਬਥੇਰਾ ਰਪੌੜ ਆਉਂਦਾ 6 ਮਹੀਨੇ ਫਸਲ ਨਹੀਂ ਆਉਂਦੀ ਹੈਗੀ ਇਹ ਤਾਂ ਉਈਂ ਮਰੀ ਜਾਂਦਾ ਰਹਿੰਦਾ ਮਾਂ ਵਰਗਾ ਕੰਜੂਸ ਫਿਰ ਮਰੂ ਮਰੂ ਤਾਂ ਮੇਰੇ ਹੁੰਦੇ ਬਥੇਰਾ ਕਰਦਾ ਨਸਲ ਇਹ ਜੀ ਇਹਨਾਂ ਦਾ ਖਾਨਦਾਨ ਇਹ ਜਿਹਾ ਮਰੂ ਮਰੂ ਵਾਲੀ ਹੈ ਤੈਨੂੰ ਪਤੀ ਇਹਨਾਂ ਦਾ ਚੱਲ ਕੋਈ ਨਹੀਂ ਤੇਰੀ ਮਰਜ਼ੀ ਹੈ ਫਿਰ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਕਰ ਲੈ ਚੱਲ ਮੈਂ ਚਾਹ ਬਣਾਉਣੀ ਆ ਆਪਣੇ ਆਇਆ ਗਿਆ ਤੈਨੂੰ ਕੋਈ ਮਗਰੋਂ ਘਰੇ ਸੱਚ ਉਹ ਆਪਾਂ ਤਾਂ ਗੱਲਾਂ 'ਚ ਹੀ ਭੁੱਲ ਗਏ ਉੱਧਰ ਦੇ ਘਰੋਂ ਅਮਨ ਆਈ ਤੀ ਅਮਨ ਹਾਂ ਕੰਮ ਆਈ ਤੀ ਕੋਈ ਕੰਮ ਤਾਂ ਆਈ ਹੋਣੀ ਉਹਨੇ ਮੈਨੂੰ ਪੁੱਛਿਆ ਕਹਿੰਦੀ ਵੀ ਕਿੱਧਰ ਗਏ ਨੇ ਮੈਂ ਕਿਹਾ ਭਾਈ ਵੀ ਉਹ ਤਾਂ ਦੁਕਾਨ ਤੇ ਗਈ ਹੈ ਕੋਈ ਸਮਾਨ ਲੈਣ ਤੇ ਮੈਂ ਕਿਹਾ ਉਹ ਗਈ ਹੈ ਸੁੱਖ ਸਰੀ ਨਹੀਂ ਦੇਣ ਭਾਈ ਉਹਨਾਂ ਦੀ ਬੀਬੀ ਅੱਛਾ ਤੇ ਮੈਨੂੰ ਐਂ ਲੱਗਦਾ ਵੀ ਉਹਨਾਂ ਕੋਈ ਕੰਮ ਹੋਣਾ ਅੱਛਾ ਫਿਰ ਚਾਹ ਪਾਣੀ ਪੁੱਛ ਲਿਆ ਤੈਨੂੰ ਚਾਹ ਪਾਣੀ ਮੈਂ ਤਾਂ ਪੁੱਛ ਲਿਆ ਮਾਂ ਮੈਂ ਬਣਾ ਕੇ ਦੇ ਦਿੰਦੀ ਹਾਂ ਕਹਿੰਦੀ ਨਾ ਮਾਸੀ ਚਾਹ ਪਾਣੀ ਤਾਂ ਮੈਂ ਪੀ ਕੇ ਆਈ ਹਾਂ ਚੱਲ ਫਿਰ ਮੈਂ ਐਂ ਕਰਦੀ ਹਾਂ ਆ ਚਾਹ ਜੀ ਬਣਾ ਕੇ ਮੈਂ ਜਾ ਆਉਂਦੀ ਉੱਧਰ ਹਾਂ ਤੂੰ ਵਗ ਚੱਲੀ ਮੈਨੂੰ ਤਾਂ ਕਹਿੰਦੀ ਸੀ ਕਹਿੰਦੀ ਮਾਸੀ ਚੱਲ ਉੱਧਰ ਮੇਰੇ ਨਾਲ ਮੈਂ ਕਿਹਾ ਭਾਈ ਘਰ ਸੁਣਨਾ ਮੈਂ ਛੱਡ ਕੇ ਕਿਵੇਂ ਜਾਵਾਂ ਮੈਂ ਚੱਲ ਕੋਈ ਨਹੀਂ ਮੈਂ ਫਿਰ ਗੇੜਾ ਮਾਰਿਆ ਐਂ ਤਾਂ ਮੈਂ ਕਹਿਤਾ ਤੀ ਅੱਛਾ ਚੱਲ ਕੋਈ ਨਾ ਮੈਂ ਫਿਰ ਚਾਹ ਦੀ ਘੁੱਟ ਬਣਾਉਣੀ ਆ ਰੱਖਿਆ ਮੈਂ ਮੰਦਰ ਫਿਰ ਚੱਲਦੇ ਆਪਾਂ ਚੰਗਾ ਚੰਗਾ ਹਾਂਜੀ ਸਤਿ ਸ੍ਰੀ ਅਕਾਲ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਦਿੱਤੀ ਬੈਲ ਦੀ ਨਿਸ਼ਾਨੀ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ